ਇੰਪਰੂਵਮੈਂਟ ਕਰੋ ਠੀਕ ਸੰਗਤ ਧਿਆਨ ਦਾ ਠੀਕ ਓਕੇ ਬਿਸਮਿਲ੍ਲਾਹ ਰਹਿਮਾਨ ਰਹੀਮ ਯਾ ਰਹਿਮਾਨ ਯਾ ਰਹੀਮ ਬਹਿਕੇ ਬਿਸਮਿਲ੍ਲਾਹ ਰਹਿਮਾਨ ਰਹੀਮ ਇੱਕ ਫਿਰ ਲਈ ਇੱਕ ਫਿਰ ਲਈ ਇੱਕ ਫਿਰ ਲਈ ਬਹਿਕੇ ਸੈਯਦਤ ਨਿਸਾਇਲ ਆਲਮੀਨ ਬਾਰੇ ਲਾਹਾ ਮੁਹੰਮਦ ਓ ਆਲ ਮੁਹੰਮਦ ਦੀ ਇੱਜ਼ਤ ਦਾ ਵਾਸਤਾ ਜਿਤਨੇ ਮੋਮਿਨੀਨ ਜਿਤਨੇ ਜਿਤਨੇ ਕਦਮ ਚੱਲ ਕੇ ਆਏ ਹਰ ਕਦਮ 'ਤੇ ਅਜਰੇ ਕਸੀਰ ਅਤਾ ਫਰਮਾ ਮੇਰਾ ਮੌਲਾ ਜਿਤਨੀਆਂ ਜ਼ੁਬਾਨਾਂ ਤੇ ਕਰੀਮ ਦੀ ਬਾਰਗਾਹ ਦੇ ਵਿੱਚ ਆਮੀਨ ਪਈਆਂ ਦੀਆਂ ਆਪਣੇ ਸਿਵਾ ਆਲੇ ਮੁਹੰਮਦ ਦੇ ਸਿਵਾ ਕਿਸੇ ਗੈਰ ਦਾ ਮੁਹਤਾਜ ਨਾ ਬਣਾ ਮਾਲਿਕ ਅੱਲਾ ਜਿਤਨੇ ਹੱਥ ਤੇ ਕਰੀਮ ਦੀ ਬਾਰਗਾਹ ਦੇ ਵਿੱਚ ਬੁਲੰਦ ਹਨ ਮਾਲਿਕ ਸਦਕਾ ਉਹਨਾਂ ਹੱਥਾਂ ਦਾ ਜਿਨ੍ਹਾਂ ਦੇ ਕਟੀਵਣ ਦੇ ਬਾਅਦ ਹੁਸੈਨ ਦੀਆਂ ਭੈਣਾਂ ਰੁੱਲ ਗਈਆਂ ਹਾਏ ਨਹੀਂ ਆਮੀਨ ਹੈ ਮਾਲਿਕ ਉਸ ਅਬਲ ਫਜ਼ਲ ਲੱਬਾ ਉਸ ਦੀ ਇੱਜ਼ਤ ਦਾ ਸਦਕਾ ਜਿਹਦੀ ਪੂਰੀ ਜ਼ਿੰਦਗੀ ਕੋਈ ਹਸਰਤ ਪੂਰੀ ਨਹੀਂ ਹੋਈ ਜਿਹੜਾ ਆਖਰੀ ਸਾਹ ਤਾਈਂ ਹਸਰਤ ਭਰੀਆਂ ਨਿਗਾਈ ਬਾਦਸ਼ਾਹ ਹੁਸੈਨ ਦਰ ਵੇਖ ਕੇ ਦੇਣ ਇਹ ਹਸਰਤ ਇੱਕ ਹਮਲੇ ਦੀ ਇਜਾਜ਼ਤ ਮਿਲ ਵਣੀ ਆ ਅਬਾਸ ਤੇ ਕਰੇ ਕਿਆ ਹਾ ਛੱਡ ਸਾਹ ਭਰ ਕਿਆ ਦੇ ਉਸ ਤੋਂ ਪੁੱਛਾਂ ਜੇ ਤੇਰੇ ਅਕਬਰ ਦੇ ਸੀਨੇ ਨੇਜ਼ਾ ਮਾਰੇ ਅਦੇ ਉਸ ਤੋਂ ਬਦਲ ਲਵਾਂ ਜੇ ਤੇਰੇ ਜੀਂਦੇ ਕਾਸਮ ਅਤੇ ਘੋੜੇ ਦੌੜੇਨ ਮਾਲਿਕ ਉਸ ਬਾਬੁਲ ਹਵਾਈ ਦੀ ਇੱਜ਼ਤ ਦਾ ਸਦਕਾ ਹਾਜ਼ਰੀਨ ਦੀਆਂ ਨੇਕ ਦੁਆਵਾਂ ਮੁਸਤਜਾਬ ਫਰਮਾ ਮੇਰੇ ਮੌਲਾ ਜਿਤਨੀਆਂ ਅੱਖਾਂ ਮਜ਼ਲੂਮ ਹੁਸੈਨ ਦੇ ਗਮ ਵਿੱਚ ਵਸਦੀਆਂ ਉਸ ਜਾ ਦਾ ਸਲਾਮ ਨਸੀਬ ਫਰਮਾ ਜਿੱਥੇ 9 ਲੱਖ ਬੇਗੈਰਤ ਹੱਸ ਹੱਸ ਕੇ ਆਦਾ ਮਾਰੋ ਅਜ਼ਦਾਰੋਂ ਹਿੱਕਾ 4 ਸਾਲਾਂ ਦੀ ਧੀ ਨਿੱਕੇ ਨਿੱਕੇ ਹੱਥ ਬੰਨ ਕੇ ਆਦੀ ਆਈ ਨਾ ਮਾਰੋ ਇਹਦੇ ਛੁੜਾਵਣ ਵਾਲਾ ਕੋਈ ਨਾ ਜਿਹੜੀ ਆਦੀ ਆਈ ਨਾ ਮਾਰੋ ਜੇ ਛੁੜਾਵਣ ਆਈ ਬਾਜ਼ੂ ਕਲਮ ਕਰਾ ਕੇ ਦਰਿਆ 'ਤੇ ਲੈ ਗਈ ਹੈ ਮਾਲਿਕ ਹਾਜ਼ਰੀਨ ਨੂੰ ਮੈਂ ਹਕੀਰ ਸਮੇਤ ਕਰਬਲਾ ਦਾ ਮਾਰਿਫਤ ਦੇ ਨਾਲ ਸਲਾਮ ਨਸੀਬ ਫਰਮਾ ਮਾਲਿਕ ਹਾਜ਼ਰੀਨ 'ਚ ਕੋਈ ਅਲੀਲ ਬੈਠੇ ਬਿਲਖਸੂਸ ਹਾਜੀ ਸਾਹਿਬ ਨੂੰ ਬਿਮਾਰੇ ਕਰਬਲਾ ਦੀ ਰਤ ਭਰੀਆਂ ਅੱਖੀਆਂ ਦਾ ਸਦਕਾ ਜਿਹੜਾ ਹਰ ਬਾਜ਼ਾਰ 'ਚ ਆਦਾ ਅਕਬਰ ਬਰਛੀ ਝਲ ਕੇ ਲਾਉਣਾ ਸੌਖਾ ਹੈ ਮਾਵਾਂ ਨਾਲ ਕਹਿ ਦੋ ਕਿ ਬਾਜ਼ਾਰ ਆਵਣ ਵੱਡਾ ਔਖਾ ਮਾਲਿਕ ਉਸ ਮਜ਼ਲੂਮ ਦੀਆਂ ਰਤ ਭਰੀਆਂ ਅੱਖੀਆਂ ਦਾ ਵਾਸਤਾ ਜਿਤਨੇ ਮੋਮਿਨੀਨ ਬਿਮਾਰ ਹਨ ਸਿਹਤ ਕੁੱਲੀ ਕਾਮਿਲ ਆਜਲਾ ਅਤਾ ਫਰਮਾ ਮੇਰਾ ਮੌਲਾ ਮੁਹੰਮਦ ਵਾਲੇ ਮੁਹੰਮਦ ਦੀ ਇੱਜ਼ਤ ਦਾ ਵਾਸਤਾ ਬਾਨੀਆਂ ਨੇ ਮਜਲਿਸ ਬਈ ਤਾਰਿਕ ਦੀ ਤੋਫੀਕਾਤ ਖੈਰ 'ਚ ਇਜ਼ਾਫਾ ਫਰਮਾ ਮੇਰਾ ਮੌਲਾ ਸੈਯਦਜ਼ਾਦਾ ਪੀਰ ਆਰਿਫ ਸ਼ਾਹ ਹੋਰਾਂ ਦੇ ਮੇਰੇ ਮਾਲਿਕ ਮਜ਼ੀਦ ਇਹਨਾਂ ਨੂੰ ਮਜ਼ੀਦ ਤਰੱਕੀਆਂ ਇਸਤਾ ਨਸੀਬ ਫਰਮਾ ਮਾਲਿਕ ਇਹਨਾਂ ਸਾਰਿਆਂ ਨੂੰ ਨਾਲ ਪੁੱਤਰਾਂ ਬਿਰਾਵਾਂ ਦੇ ਸ਼ਾਦੋ ਆਬਾਦ ਫਰਮਾ ਮੇਰਾ ਮੌਲਾ ਹਾਜ਼ਰੀਨ ਦੀਆਂ ਦੁਆਵਾਂ ਮੁਸਤਜਾਬ ਫਰਮਾ ਜਿਤਨੇ ਮੋਮਿਨੀਨ ਦੁਨੀਆ ਤੋਂ ਤੁਰ ਗਏ ਦਰਜਾਤ ਬੁਲੰਦ ਫਰਮਾ ਐਸੇ ਮੋਮਿਨੀਨ ਜਿਨ੍ਹਾਂ ਦਾ ਫਾਤਿਹ ਪਾਉਣ ਵਾਲਾ ਕੋਈ ਨਹੀਂ ਉਹਨਾਂ ਦੇ ਵੀ ਦਰਜਾਤ ਬੁਲੰਦ ਫਰਮਾ ਮਾਲਿਕ ਅੱਲਾ ਪਰ ਚਨਾਰ ਦੇ ਸ਼ੁਹਦਾ ਦੇ ਦਰਜਾਤ ਮਜ਼ੀਦ ਬੁਲੰਦ ਫਰਮਾ ਮਾਲਿਕ ਅੱਲਾ ਕਾਇਨਾਤ ਜਿਤਨੇ ਵੀ ਜਿਹੜੇ ਜਿਹੜੇ ਜਾਤ ਮਜ਼ਲੂਮ ਹਨ ਮੇਰਾ ਮਾਲਿਕ ਆਪ ਮੁਹਾਫਜ਼ਤ ਓ ਇਮਦਾਦ ਫਰਮਾ ਲੱਖਾਂ ਦੀ ਕਦਵਾ ਵਾਰਿਸ ਜ਼ਮਾਨਾ ਹੁਜਤ ਦੌਰਾਂ ਇਮਾਮੇ ਜ਼ਮਨ ਦਾ ਜਲਦੀ ਜ਼ਹੂਰ ਫਰਮਾ ਬਾਦਸ਼ਾਹ ਦੀ ਆਮਦ ਤੋਂ ਪਹਿਲੇ ਇਸ ਕਾਬਿਲ ਬਣਾ ਜੋ ਬਾਦਸ਼ਾਹ ਦੀ ਨਲੈਨ ਦਬੋ ਸਲੈ ਸਗੀਏ ਆਪਣੀ ਦੁਆਵਾਂ
ਦਿਲਾਂ ਦੇ ਵਿੱਚ ਰੱਖਦੇ ਹਾਂ। ਸਲਵਾਤ ਇਤਨੀ ਬੁਲੰਦ ਪੜੋ ਜਿਵੇਂ ਘਰਾਨਾ ਲੈ ਕੇ ਸਲਵਾਤ ਹੈ। ਨਾਰੇ ਤਕਬੀਰ, ਤਸਬੀਹ ਸੈਯਦਾ ਦਾ ਆਗਾਜ਼ ਅੱਲਾਹੁ ਅਕਬਰ ਤੋਂ ਹੁੰਦਾ ਹੈ। ਉੱਚੀ ਆਵਾਜ਼ ਦੇ ਨਾਲ ਨਾਰੇ ਤਕਬੀਰ, ਨਾਰੇ ਰਿਸਾਲਤ, ਉਮਤੀ ਰਸੂਲ ਦਾ ਖੁਸ਼ ਹੋ ਕੇ ਬੋਲੇ ਨਾਰੇ ਰਿਸਾਲਤ, ਨਾਰੇ ਹੈਦਰੀ, ਸਾਰੇ ਸਾਹਿਬਾਨ ਯਕ ਜ਼ੁਬਾਨ ਬਾਜ਼ੂ ਬੁਲੰਦ, ਹੈਦਰੀ, ਹੁਸੈਨੀਅਤ, ਯਜ਼ੀਦੀਅਤ, ਮੁਹੰਮਦ ਓ ਆਲੇ ਮੁਹੰਮਦ ਦੇ ਦੁਸ਼ਮਣਾਂ ਤੇ ਲਾਨਤ, ਬਾਵਾਜ਼ੇ ਬਲੰਤਰ ਸਲਵਾਤ। ਬਿਸਮਿਲ੍ਲਾ, ਇਜਾਜ਼ਤ ਹੈ ਸਾਈਂ, ਅਗਰ ਇਹ ਮੇਰੇ ਨੌਜਵਾਨ ਵੀਰਾ ਨਾਰਾਜ਼ ਨਾ ਹੋਵੇ ਤਾਂ ਇੱਥੇ ਆਵੇ ਸਗਲੀਆਂ ਸਫ਼ਾਂ, ਬਜ਼ੁਰਗ ਤਾਂ ਬੈਠੇ ਰਹਿਣ, ਚਲੋ ਜਿਹੜੇ ਨੌਜਵਾਨ ਬੈਠੇ ਹੋ, ਮਿਹਰਬਾਨੀ ਸਾਈਂ, ਅਗਲੀਆਂ ਸਫ਼ਾਂ ਮੁਕੰਮਲ ਹੋ ਗਏ ਸਨ। ਸਲਵਾਤ ਬਾਰੇ ਦੀਗਰ ਬਲੰਤਰ ਤਿਲਾਵਤ ਫਰਮਾ। ਇਜਾਜ਼ਤ ਹੈ ਕਿ ਮੈਂ ਨੌਕਰੀ ਸ਼ੁਰੂ ਕਰਾਂ ਬਾਬਾ, ਸਲਵਾਤ ਵੱਤੀ ਤਿਲਾਵਤ ਕਰੋ, ਮੈਂ ਜ਼ਿਕਰ ਦਾ ਆਗਾਜ਼ ਕਰਾਂ। ਅਲਾਮਾ أعوذ بالله من الشيطان اللعين الرجيم بسم الله الرحمن الرحيم ਅਲਹਮਦੁਲਿਲਾਹ ਰਬਿਲਾਲਮੀਨ, ਅਸਲਾਤੋ ਅਸਲਾਮ ਅਲਾ ਸਯਾਦਲ ਅੰਬੀਆ ਉੱਤੇ ਸਲਵਾਤ, ਸਲਾਮ ਤੋਂ ਸਲਾਮ ਸਯਾਦ ਵਸੀਏ ਸਲਵਾ ਵਅਲ ਸੈਯਦਤ ਜਲੀਲਾਤਿਲ ਮਖਦੂਮਤ ਮੁਕੱਦਸਾ ਕਦਾਈ ਵਸਦੀ ਆਈ। ਯਕੀਨਨ ਇਹੋ ਸੋਚ ਕੇ ਤੁਰ ਰਹੇ ਹੋ ਉਸਨੂੰ ਮੁਕਾਣ ਦੇ ਆਵਾਏ ਜਿਹਦੇ ਨੌ ਹਿੱਕੇ ਡੇ ਕੁੱਠੇ ਤੇ ਕਹਿ ਰੋਵਣ ਨਾ ਦਿੱਤਾ। ਮਖਦੂਮ ਮੁਕੱਦੇ ਸਾ ਜਦਾਂ ਲੁੱਤੇ ਮਹਿਰੋਂ ਮਤਲ
ਮਜ਼ਲੂਮਾਂ ਰੋਂਦੀ ਵੱਲੀ ਆਈ ਅਦ ਪੀਆਂ ਗਿਨ ਜ਼ਖਮੀ ਨਾ ਭਰ ਜਾਇਆਂ ਨੂੰ ਤੇ ਥਈਏ ਦਾਖਿਲ ਸ਼ਾਮ ਵਿਚਾਲੇ ਹੋਇਆ ਕਿਆ ਏ ਹਰ ਰੰਗ ਦੇ ਦੁੱਖ ਨੇ ਹਾਏ ਆਣ ਕਿਤੇ ਮੇਰੀ ਸੈਣ ਦਾ ਇਸਤਕ ਮਰਹਬਾ ਮਾਂ ਹੁਸੈਨ ਦੀ ਰਾਜ਼ੀ ਹੋਵੀ ਅਦਬ ਸੁਣ ਕੇ ਇੰਜ ਵਿੱਚ ਰੋਂਦੇ ਰੋਂਦੇ ਕਿਉਂ ਵਧੇ ਮੈਂ ਲਖਵਾਰਾ ਦਾ ਰਵਾਂ ਆ ਗੱਲ ਤਾਂ ਅੱਖਾਂ ਗਈਏ ਗਿਨ ਜ਼ਖਮੀ ਨਾ ਭਰ ਜਾਇਆਂ ਕੋ ਤੇ ਥਈਏ ਦਾਖਲ ਸ਼ਾਮ ਵਿਚਾਲੇ ਹਰ ਰੰਗ ਦੇ ਦੁੱਖ ਨੇ ਹਾਏ ਆਨ ਕਿਤੇ ਮੇਰੀ ਸੈਣ ਦਾ ਇਸਤਕ ਅਜ਼ਾਦਾਰਾਂ 1400 ਸਾਲਾਂ ਦੇ ਬਾਅਦ ਮਾਵਾਂ ਅਤੇ ਭੈਣਾਂ ਰਲਾਓ ਕੇ ਮਿੱਟੀਆਂ 'ਤੇ ਕਿਉਂ ਵਧ ਰੋਂਦੇ ਆਏ ਆ ਅਰਮਾਨ ਤਾਂ ਇਹੋ ਖਾ ਗਈਏ ਦਰਦ ਇਹੋ ਪਿਆ ਰੋਂਦਾ ਜਿੱਥੋਂ ਲੰਘਦੀ ਆਈ ਅਤੇ ਹੋਵੇਂਦਾ ਰੰਗ ਹਰ ਬਾਜ਼ਾਰ ਰਦਲਾ ਲੈ ਮੇਰੀ ਸੈਣ ਨਿਸ਼ਾਨ ਮਨੋ ਗੁਸਲ ਦਿੱਤਾ ਅਤੇ ਸਜਾਦ ਦੇਖੋ ਅਨਦ ਨਾਲ ਆਦਿ ਆਈ ਥੋੜਾ ਰੁਨ ਕਰ ਸਾਡਾ ਅੱਬਾਸ ਤੂੰ ਹੈ ਮਰਹਬਾ ਮਰਹਬਾ ਮੈਂ ਨੌਕਰਾਂ ਇਤਨੀ ਤੜਪ ਕੇ ਆਏ ਪੇ ਕਰਦੇ ਹੋ ਅਜ਼ਾਦਾਰਾਂ ਜਿਹੜਾ ਸ਼ਾਮ ਦਾ ਬਾਜ਼ਾਰ ਆਏ ਅਜ਼ਾਦਾਰਾਂ ਬਾਜ਼ਾਰ 'ਚ ਕੌਣ ਆਈਏ ਮੈਂ ਸਤਰਾ ਤਾਂ ਹੋ ਸਕਦਾ ਕਹਿ ਦੀ ਇਬਾਦਤ ਹੋਵੇ ਉਹ ਆਈਏ ਜਿਹੜੀ ਮਾਂ ਦੀ ਕਬਰ 'ਤੇ ਅੱਧ ਰਾਤ ਨੂੰ ਵਹਿੰਦੀ ਆਈ ਮਰਹਬਾ ਕਹਿ ਕਮ ਚਾਏ ਨਾਵੇ ਅਜ਼ਾਦਾਰੋਂ ਇੰਨਿਆਂ ਦਰਾਨਾ ਇਸ ਰੰਗ 'ਚ ਇਸਤਕਬਾਲ ਹੋਏ ਜਿਹੜਾ ਬਾਜ਼ਾਰ ਮੁੱਕਾ ਲਿਬਾਸ ਦਾ ਰੰਗ ਤਬਦੀਲ ਅਜ਼ਾਦਾਰਾਂ ਜਦੋਂ ਜ਼ੁਲਮ ਵਧੇਨ ਹੁਸੈਨ ਦੀ 4 ਸਾਲਾਂ ਦੀ ਬੇਮੌਸਮੀ ਬੁੱਢੜੀ ਦੀ ਉੱਥੇ ਆਈਏ ਜਿੱਥੇ ਅਕਬਰ ਦੇ ਪਾਲਣ ਵਾਲੀ ਮਾਂ ਬੈਠੀ ਆਈ ਰੋ ਕਿਆ ਦੀ ਹੈ ਮਾਂ ਇਹ ਉਹ ਸ਼ਾਮ ਜਿਹਦਾ ਨਾਂ ਭੈਣ ਬਿਰਾ ਆਦਿਆ ਹੈ ਮਾਏ ਉਹ ਸ਼ਾਮ ਜਿਹਦਾ ਨਾ ਭੈਣ ਬਿਰਾ ਮਦੀਨੇ ਚਹਿੰਦੇ ਆਵੇ ਆ ਜਿਹੜਾ ਹਲਕੇ ਦਾ ਮਾਤਮੀ ਹੈ ਸਰ ਪਿਆਰਾ ਨ ਕਰੇ ਆ ਅਜ਼ਾਦਾਰੋਂ ਜਿਹੜਾ 3 ਦਫ਼ਾ ਸਵਾਲ ਕੀਤੇ ਆ ਰੁਨੀਏ ਤੇ ਰੋ ਰੋ ਕੇ ਬੈਠੀ ਆਦੀਏ ਤੂੰ ਜੋ ਮੈਂ ਕੋਨੋ ਪੁੱਛਦੀ ਓ ਮੈਡੇ ਚੰਨ ਬਚੜੇ ਅੱਗੇ ਮੈਂ ਕੋਈ ਸ਼ਾਂ ਮੈਂ ਚ ਆਈਆਂ ਜਿਵੇਂ ਮੈਂ ਰੁਲੀਆਂ ਓ ਬਾਜ਼ਾਰਾਂ ਵਿੱਚ ਇੰਜ ਰੁਲੇ
ਆਉਂਦੀਆਂ ਜਾਈਆਂ ਇਹੋ ਜਿਹਾ ਵਹਿਣ ਕੀਤਾ ਨਗਰੀ ਸ਼ਾਮ ਦੀ ਹਲ ਗਈ ਅਰੁਨੀਏ ਤੇ ਰੋ ਰੋ ਕੇ ਖੜਿਆ ਦੀ ਮੇਰਾ ਗਾਜ਼ੀ ਜਣਿਆ ਆਇਆ ਜ਼ੀਨ ਤੋਂ ਤਰਸੀਆਂ ਮੈਂ ਹਨ ਪਾਈਆਂ ਬਣ ਕੇ ਦਿਨ ਸ਼ਾਮ ਮਰਹਬਾ ਬਹੁਤ ਸੋਹਣੇ ਇਸਤਕਬਾਲ ਕੀਤਾ ਨੇ ਸਿਵਾਏ ਗਮੇ ਹੁਸੈਨ ਦੇ ਕਹਿ ਗਮੇ ਛਾਏ ਨਾ ਕਰੋ ਸਹਿਜ਼ਾਦਾ ਮੇਰੇ ਭਰਾਵਾਂ ਦਾ ਹੁਕਮ ਆਈ ਜਿਤਨੀ ਦੇਰ ਸੁਣਾ ਸਾਨੂੰ ਹੁਸੈਨ ਦੀ ਗੁਰਬਤ ਸੁਣਾ ਜਿਹਦੇ ਪਹਿਰੇਦਾਰ ਦਾ ਨਾਮ ਅਬਾਸ ਆਈ ਮਰਹਬਾ ਕਦੇ ਕਿਸੇ ਅਜ਼ਾਦਾਰ ਦੀ ਨੀਅਤ ਤੇ ਮਾਂ ਹੁਸੈਨ ਦੇ ਰਾਜ਼ੀ ਹੋਈ ਸ਼ਾਇਦ ਸਦਕਾ ਸ਼ਾਲਾ ਸ਼ਾਮ ਜ਼ਿਆਰਤ ਨਸੀਬ ਹੋਣੇ ਸ਼ਾਲਾ ਇਕੱਲੇ ਨਹੀਂ ਮਾਵਾਂ ਭੈਣ ਸਮੇਤ ਉਹ ਜਾ ਵੇਖੋ ਜਿੱਥੋਂ ਟੁਰਦੇ ਟੁਰਦੇ ਹੁਸੈਨ ਦੀ ਭੈਣ ਨੂੰ 9 ਘੰਟੇ ਲੱਗ ਗਏ ਕਦੇ ਕਿਸੇ ਅਜ਼ਾਦਾਰ ਦੀ ਨੀਅਤ ਤੇ ਸ਼ੱਕ ਨਹੀਂ ਕੀਤਾ ਕਿਉਂ ਜਿਹੜਾ ਘਰੋਂ ਟੁਰ ਆਉਂਦੇ ਨਾ ਯਕੀਨਨ ਰੋਵਣ ਕਾਣ ਆਉਂਦੇ ਔਰ ਕੋਈ ਆਪਣੀ ਮਰਜ਼ੀ ਨਾਲ ਸਫੇ ਮਾਤਮ ਅਤੇ ਮਾਰਸਿਬ ਨਹੀਂ ਆ ਸਕਦਾ ਕਿਉਂ ਜਦੋਂ ਕਿ ਕਿਸੇ ਮਕਾਮ 'ਤੇ ਸੈਯਦਾਦਾ ਮੁਸਤਨਦ ਰਿਵਾਇਤ 'ਤੇ ਮਜਲਿਸ ਅਜ਼ਾ ਹੋਵੇ ਨਾ ਵੱਤ ਇੱਕ ਇੱਕ ਅਜ਼ਾਦਾਰ ਦੇ ਦਰਵਾਜ਼ੇ 'ਤੇ ਰਸੂਲ ਦੀ ਖਾਲੀ ਵੱਲੀ ਹੋਈ ਦੇਈ ਰਹਿੰਦੀ ਹੈ ਅਤੇ ਆਪ ਬਣ ਕੇ ਤਲਾਹ ਰਹਿੰਦੀ ਹੈ ਫਲਾਂ ਮਕਾਮ 'ਤੇ ਐਵੇਂ ਮੇਰੇ ਗਰੀਬ ਦੀ ਫੋੜੀ ਵਿਛਣੀ ਹੈ ਮਰਹਬਾ ਔਰ ਉਲਮਾ ਤੂੰ ਸੁਣੇ ਜੋ ਮਜਲੇ ਸਹੀ ਮਾਮੇ ਹੁਸੈਨ ਦੇ ਵਿੱਚ ਰਸੂਲ ਦੀ ਜ਼ਖਮੀ ਪਾਸੇ ਵਾਲੀ ਦੇਈ ਆਉਂਦੀ ਹੈ ਜਿਹੜੇ ਸੈਯਦ ਬੈਠੇ ਹੋ ਹਰ ਅੱਖ ਦੇ ਅੱਗੇ ਰੁਮਾਲ ਵਧਾ ਕੇ ਆਦੀ ਇਤਨਾ ਜ਼ਰੂਰ ਰੋਵੇਂ ਮੇਰੇ ਹੁਸੈਨ ਦੇ ਜ਼ਖਮਾਂ ਦਾ ਇਲਾਜ ਬਣ ਪਵੇ ਅਜ਼ਾਦਾਰੋਂ ਇਤਨਾ ਜ਼ਹਿਨ ਚੜਾਵੇ ਰੋ ਅਤੇ ਭਾਵੇਂ ਨਾ ਰੋ ਮਰਜ਼ੀ ਤੇਰੀ ਜਿਹੜੀ ਖਾਲੀ ਵੱਲ ਗਈ ਆਈ ਵੱਤ ਖਾਲੀ ਨਾ ਵੱਲ ਵਣੇ ਬਾਈ ਤਾਰਿਕ ਤੁਹਾਡਾ ਹੁਕਮ ਹੈ ਮੈਂ ਕੋਸ਼ਿਸ਼ ਕੀਤੀ ਹੈ ਇਸ ਥੋੜ੍ਹੇ ਜਿਹੇ ਮੁਖਤਸਰ ਅਰਸੇ ਦੇ ਵਿੱਚ ਮੈਂ ਸੈਣੀ ਦੇ ਬਾਜ਼ਾਰ ਦਰਬਾਰ ਨਾ ਪੜ੍ਹਾਂ ਲੇਕਿਨ ਤੁਹਾਡਾ ਹੁਕਮ ਹੈ 2-4 ਗੱਲਾਂ ਜਿੱਦਾਂ ਬੀਬੀ ਮਲੀਕਤੁਲ ਅਰਬ ਦਾ ਅਕਦ ਹੋਇਆ ਈ ਜਨਾਬ ਮੁਹੰਮਦ ਮੁਸਤਫਾ ਦੇ ਨਾਲ ਬੀਬੀ ਢੇਰ ਸਾਰੇ ਗੁਲਾਮ ਅਤੇ ਕਨੀਜ਼ਾਂ ਕੀਤੀਆਂ ਆਜ਼ਾਦ ਜਿਹੜੇ ਪੁਰਾਣੇ ਅਜ਼ਾਦਾਰ ਬੈਠੇ ਹੋ ਇੱਕ ਨੌਕਰ ਆਈ ਜਿਸ ਦਾ ਨਾਮ ਚਾਚਾ ਮੈਸਰਾ ਬਿਨ ਕਨੇਰਾ ਆਈ ਪਰਦੇ ਦੇ ਬਾਹਰੋਂ ਤਲਬ ਕੀਤਾ ਮੇਰੀ ਸੈਣ ਮੈਸਰਾ ਬਾਹਰੋਂ ਆ ਬੈਠਾ ਸੈਣ ਫਰਮਾਇਆ ਮੈਸਰਾ ਮੇਰਾ ਦਿਲ ਏ ਬੇ ਨੌਕਰਾਂ ਦੀ ਤਰ੍ਹਾਂ ਮੈਂ ਖਤੀਜਤੁਲ ਕੁਬਰਾ ਤੈਨੂੰ ਹੀ ਆਜ਼ਾਦ ਚ ਕਰਾਂ ਇਹ ਲਫਜ਼ ਜੇ ਮੈਂ ਸਮਝਾ ਲਿਆ ਪਰਦੇ ਦੇ ਬਾਹਰੋਂ ਜ਼ਮੀਨ 'ਤੇ ਟੱਕਰ ਮਾਰ ਕੇ ਆਦੇ ਹੈ ਬੀਬੀ ਕੋਈ ਖਿਦਮਤ 'ਚ ਕਮੀ ਆਈਏ ਮੇਰੀ ਸੈਣ ਫਰਮਾਇਆ ਨਹੀਂ ਮੈਸਰਾ ਬੀਬੀ ਬੇ ਨਵੇਂ ਨੌਕਰ ਆਏ ਮੈਂ ਤੁਹਾਡੇ ਬਾਬੇ ਦੀ ਵੀ ਖਿਦਮਤ ਕੀਤੀ ਏ ਮੈਂ ਤੁਹਾਡਾ ਜੱਦੀ ਪੁਸ਼ਤੀ ਨੌਕਰ ਹਾਂ ਬੀਬੀ ਫਿਰ ਤੁਰੇਂਦੇ ਕਿਉਂ ਸੈਣ ਫਰਮਾਇਆ ਇਹ ਇੱਕ ਰਾਜ਼ ਏ ਬਾਹਰੋਂ ਬਹਿ ਕੇ ਬੈਠਾ ਦੇ ਹੈ ਬੀਬੀ ਤੁਹਾਨੂੰ ਜੋ ਛੋੜਾਂ ਅਤੇ ਵੰਜਾਂ ਕਿਹੜੇ ਪਾਸੇ ਅੰਦਰੋਂ ਰੋ ਕੇ ਹੁਸੈਨ ਦੀ ਨਾਨੀ ਪਈਆ ਦੀਏ ਤੂੰ ਵੰਜ ਰਹੇ ਸ਼ਾਮ ਮਰਹਬਾ ਯਾ ਸੈਯਦਾ ਇਹਨਾਂ ਆਵਾਜ਼ਾਂ 'ਤੇ ਜ਼ਮਾਨੇ ਦੇ ਇਮਾਮ ਰਾਮ ਫਰਮਾਵੇ ਪੀਰ ਬਾਕਰ ਸ਼ਾਹ ਜੀ ਜਿਹੜਾ ਨਾਮ ਆਇਆ ਨਾ ਸ਼ਾਮ ਦਾ ਹੈਰਾਨ ਹੋ ਕੇ ਆਦੇ ਹੈ ਬੀਬੀ ਤੁਸਾਂ ਰਹੋ ਮੱਕੇ ਮੈਂ ਵੰਜਾਂ ਸ਼ਾਮ ਲਫਜ਼ਾਂ ਦੇ ਨਾਲ ਸਫ਼ਰ ਕਰਿਆ ਏ ਅੰਦਰੋਂ ਹੁਸੈਨ ਦੀ ਨਾਨੀ ਰੋ ਕੇ ਆਦੀ ਕਦਾਂ ਹੀ ਨਾ ਖਾਂ ਪਰ ਇੱਕ ਰਾਜ਼ ਏ ਬੀਬੀ ਕਿਹੜਾ ਰਾਜ਼ ਠੱਡਾ ਸਾਹ ਭਰ ਕੇ ਆਦੀ ਏ ਜਦੋਂ ਦੀ
ਮੈਂ ਇਸ ਹਵੇਲੀ 'ਚ ਆਈਆਂ ਨਾ ਰਾਤੀ ਸਮਝਦੀਆਂ ਕਹਿ ਵੇਲੇ ਸ਼ਾਮ ਦਾ ਸਦਰ ਬਾਜ਼ਾਰ ਨਜ਼ਰ ਆਉਂਦੇ ਮਰਹਬਾ ਕਦਾਂ ਸ਼ਾਮ ਦਾ ਖੂਨੀ ਦਰਬਾਰ ਨਜ਼ਰ ਆਉਂਦੇ ਮੇਰੀ ਸੈਣ ਫਰਮਾਇਆ ਤੂੰ ਅੰਜ ਰਹਿ ਸ਼ਾਮ ਤੇਰੀ ਨਸਲ ਆਬਾਦ ਉਸ ਸ਼ਾਮ ਲਫ਼ਜ਼ ਮੈਂ ਪਹੁੰਚਾ ਲਿਆ ਹਾਏ ਤੁਹਾਡੀ ਨਿਕਲ ਵੈਸੀ ਵੇਖ ਕੇ ਪਿਆ ਦੇ ਕਿਉਂ ਬੀਬੀ ਬੀਬੀ ਫਰਮਾਇਆ ਹੋ ਸਕਦਾ ਕਦਾਂ ਮੇਰੀਆਂ ਧੀਆਂ ਉੱਜੜ ਕੇ ਸ਼ਾਮ ਆਵੇਨ ਮਰਹਬਾ ਯਾ ਸਹੀਦਾ ਬੀਬੀ ਫਰਮਾਇਆ ਹੋ ਸਕਦੇ ਕਦਾਂ ਮੇਰੀ ਨਸਲ ਉੱਜੜ ਕੇ ਰੁਲ ਕੇ ਸ਼ਾਮ ਆਵੇ ਆਪਣੀ ਨਸਲ ਨੂੰ ਆਖੇ ਮੇਰੀ ਨਸਲ ਦਾ ਹਯਾ ਕਰੇ ਸਨ ਬੀਬੀ ਦਾ ਹੁਕਮ ਸਮਝ ਕੇ ਇਹ ਪੁਰਾਣਾ ਨੌਕਰ ਮੈਸਰਾ ਵੰਜ ਵਸਿਆ ਸ਼ਾਮ ਇਸ ਸ਼ਾਦੀ ਕੀਤੀ ਅੱਲਾਹ ਨੇ ਬੇਟਾ ਤਾ ਕੀਤਾ ਨਾਮ ਜਜ਼ਲਮ ਰੱਖਿਆ ਜਿਹੜੇ ਪੁਰਾਣੇ ਅਜ਼ਾਦਾਰ ਬੈਠੇ ਹੋ ਜਜ਼ਲਮ ਜਵਾਨੀ ਚੜ੍ਹਿਆ ਬਈ ਤਾਰਿਕ ਸ਼ਾਦੀ ਕੀਤੀ ਔਲਾਦ ਨਸ ਪਈ ਆਉਂਦੀ ਇੱਕ ਦਿਨ ਮਦੀਨੇ ਵਾਲੇ ਪਾਸੇ ਵੇਖ ਕੇ ਖੜਾ ਦੇ ਉਹ ਰਾਹਿਬ ਨੂੰ ਸੱਤ ਅਦਾ ਕਰਨ ਵਾਲਾ ਉਹ ਜ਼ਮਾਨੇ ਦਾ ਕਰੀਮ ਮੌਲਾ ਉਹ ਅੱਲਾਹ ਦੀ ਕਰੀਮ ਹੁਜਤ ਪੁੱਤਰ ਸੱਜਾਦ ਦੀ ਇੱਜ਼ਤ ਦਾ ਵਾਸਤਾ ਇੱਕ ਇਹੋ ਜਿਹਾ ਪੁੱਤਰ ਦੇ ਜਿਹੜਾ ਤੇਰੇ ਸੱਜਾਦ ਦਾ ਨੌਕਰ ਹੋਵੇ ਮੰਗਣ ਦਾ ਵੱਲ ਆਵੇ ਮਦੀਨੇ ਵਾਲੇ ਬੜੇ ਕਰੀਮ ਹਨ ਵਾਸਤਾ ਦਿੱਤੇ ਸੱਲਾਹ ਨੇ ਇੱਕ ਬੇਟਾ ਸ਼ਹਿਜ਼ਾਦਾ ਤਾ ਕੀਤਾ ਪੁੱਤਰ ਆਇਆ ਦੁਨੀਆ 'ਤੇ ਪੀਰ ਸ਼ਹਿਦ ਸ਼ਾਹ ਇੰਝ ਹੱਥਾਂ 'ਤੇ ਚਾਹ ਕੇ ਬੈਠਾ ਦੇ ਅਤਾ ਵੀ ਉਨਾ ਕੀਤੇ ਨਾਮ ਵੀ ਉਹ ਤਜਵੀਜ਼ ਕਰੇ ਸਨ ਜੋਜਨ ਬੈਠਾ ਦੇ ਕੱਲ੍ਹ ਅਸਾਂ ਵੈਸਾਂ ਮਦੀਨੇ ਜਿਹੜੇ ਲਫ਼ਜ਼ਾਂ ਦੇ ਨਾਲ ਸਫ਼ਰ ਪੇ ਕਰਦੇ ਹੋ ਇਸ ਪੁੱਤ ਨੂੰ ਚਾਹ ਵੈਸਾਂ ਮਦੀਨੇ ਉਹ ਸੀ ਮੇਰਾ ਚੌਥਾ ਮੌਲਾ ਕਰੀਮ ਸਜਾਦ ਉਸਦੇ ਕਦਮੇ 'ਚ ਵੰਜ ਰੱਖਸਾਂ ਉਹ ਮੇਰੇ ਪੁੱਤਰ ਦਾ ਰੱਖਸੀ ਨਾਮ ਪੂਰੀ ਰਾਤ ਮੁਸੱਲੇ ਇਬਾਦਤ 'ਤੇ ਬਹਿ ਕੇ ਦੁਆ ਮੰਗਦਾ ਰਿਹਾ ਮਦੀਨੇ ਵਾਲੇ ਪਾਸੇ ਰੁੱਕ ਕਰਕੇ ਇਲਤਜਾ ਕਰਿੰਦਾ ਰਿਹਾ ਅੱਧ ਰਾਤ ਦਾ ਵਿਹਲਾ ਗੁਜ਼ਰਿਆ ਅਤੇ ਜ਼ੌਜਾ ਦੇ ਹੁਜਰੇ 'ਚ ਰੋਣ ਦੀ ਆਵਾਜ਼ ਆਈਏ ਜਿਹੜਾ ਹਾਜ਼ਰ ਬੈਠੇ ਵੰਨੇ ਜ਼ੌਜਾ ਪੁੱਤ ਨੂੰ ਚਾਹੇ ਹੋਏ ਤੇ ਰੋਂਦੀ ਬੈਠੀਏ ਜਜ਼ਲਮ ਹੈਰਾਨ ਹੋ ਕੇ ਅਤੇ ਅੱਲਾਹ ਨੇ ਮੁੱਦਤ ਦੇ ਬਾਅਦ ਬਚੜਾ ਤਾ ਕੀਤੇ ਪੁੱਤਰ ਨੂੰ ਵੇਦੀ ਤੇ ਰੋਂਦੀ ਕਿਉਂ ਹੈ ਠੱਡਾ ਸਾਹ ਭਰ ਕੇ ਪਿਆ ਦੀਏ ਜਿਨ੍ਹਾਂ ਤਾ ਕੀਤੇ ਕਰੀਮ ਬੜੇ ਅਦੇ ਖੈਰ ਰੋਵਣ ਦੀ ਕਿਹੜੀ ਬਾਤ ਹੈ ਠੱਡਾ ਸਾਹ ਭਰ ਕੇ ਆਦੀਏ ਥੋੜ੍ਹੀ ਦੇਰ ਪਹਿਲੇ ਇਹ ਕਮਰੇ ਦੇ ਸੱਜੇ ਪਾਸੇ ਇੱਕ ਨੂਰਾਨੀ ਸ਼ਖਸੀਅਤ ਜ਼ਾਹਿਰ ਹੋਈਏ ਅਤੇ ਮੈਂ ਇੱਧਰ ਵੇਖ ਕੇ ਪਿਆ ਦਈ ਮਦੀਨੇ ਨਾ ਆਵੇ ਤੁਹਾਡਾ ਸਫ਼ਰ ਮੁਕਾਇਆ ਨਾ ਰੱਖਣ ਮੈਂ ਤੋੜ ਆ ਗਈਆਂ ਮਰਹਬਾ ਕਹਿ ਗਾ ਮੈਂ ਛਾਏ ਨਾ ਵੀ ਇਤਨੀ ਸੰਭਲ ਕੇ ਆਏ ਕੀਤੀ ਗਈ ਨਾਮ ਰੱਖਣ ਦੀ ਖਾਤਰ ਮੈਂ ਤੋੜ ਆ ਗਈਆਂ ਜਜ਼ਲਮ ਹੈਰਾਨ ਹੋਇਆ ਉਹ ਕਿਵੇਂ ਮਾਲਿਕ ਜ਼ਿੰਦਗੀ ਦਰਾਜ਼ ਫਰਮਾਵੇ ਵੇਖ ਕੇ ਪਿਆ ਦੀਏ ਉਹ ਨੂਰਾਨੀ ਸ਼ਖਸੀਅਤ ਅੱਗਾਂ ਵਧੀ ਬੜੇ ਮੁਕਦਰਾਂ ਲੈ ਤੇਰਾ ਬੱਚੜਾ ਸੱਜੇ ਹੱਥ ਤੇਰੇ ਪੁੱਤਰ ਦੀ ਪੇਸ਼ਾਨੀ 'ਤੇ ਰੱਖ ਕੇ ਉਹ ਸ਼ਖਸੀਅਤ ਰੋ ਕੇ ਆਦੀ ਆਈ ਬਿਸਮਿਲ੍ਲਾ ਆ ਗਈ ਹੈ ਮੇਰੇ ਮੰਨਣ ਵਾਲਾ ਜਜ਼ਲਮ ਹੈਰਾਨ ਹੋਇਆ ਕੋਈ ਹੋਰ ਗੱਲ ਵੀ ਕਰਦੇ ਹਨ ਬੀਵੀ ਪਈਆ ਦੀ ਹਾ ਇਸ ਦੇ ਪਾਸੇ ਵੇਖ ਕੇ ਆਦਾ ਤੁਸਾਂ ਨਾ ਰੱਖਣਾ ਦੇ ਪਿਆ ਹੈ ਨਾ ਮਦੀਨੇ ਮੈਂ ਨਾ ਰੱਖਣ ਤੋੜ ਆ ਗਈਆਂ ਬਾਦਸ਼ਾਹ ਫਰਮਾਓ ਵੇਖ ਕੇ ਪਿਆ ਦੇ ਤੁਹਾਡਾ ਅਬਦੁੱਲਾ ਅਤੇ ਸਾਡਾ ਬਸ਼ੀਰ ਏ ਇਹ ਬਜ਼ੁਰਗਾਂ ਦੇ ਲਫ਼ਜ਼ ਹਨ ਤੁਹਾਡਾ ਅਬਦੁੱਲਾ ਸਾਡਾ ਬਸ਼ੀਰ ਏ ਕਿਹੜਾ ਬਸ਼ੀਰ ਉਹ ਬਸ਼ੀਰ ਮਹਾਰੀ ਤੁਹਾਡਾ ਅਬਦੁੱਲਾ ਸਾਡਾ ਬਸ਼ੀਰ ਏ ਇਹ ਲਫ਼ਜ਼ ਮੈਂ ਜਿੱਥੇ ਹੀ ਆਖੇ ਮੇਰੇ ਹਿੱਸੇ ਦੀ ਮੈਨੂੰ ਖੈਰਾਤ ਮਿਲ ਗਈ
ਅਜ਼ਾਦਾਰਾਂ ਜਿਹੜਾ ਆਖੇ ਨਾ ਤੁਹਾਡਾ ਅਬਦੁੱਲਾ ਅਤੇ ਸਾਡਾ ਬਸ਼ੀਰ ਜਜ਼ਲਮ ਦੀ ਜ਼ੌਜਾ ਹੱਥ ਬੰਨ ਕੇ ਆਦੀ ਹੈ ਬਾਦਸ਼ਾਹ ਨਾਮ ਜੋ ਰੱਖਦੇ ਪਿਓ ਕਿ ਥਾਈ ਸੜੇ ਸੋਈ ਸਹੀ ਆ ਕੋਈ ਨਾ ਉਹ ਸ਼ਖਸੀਅਤ ਰੋ ਕੇ ਆਦੀ ਹੈ ਹਾ ਸੜੇ ਸਾਂ ਉੱਥੇ ਜਿੱਥੇ ਮੇਰਾ ਆਪਣਾ ਕੋਈ ਨਾ ਰਹਿ ਗਈ ਉਹ ਸੀ ਮਰਹਬਾ ਹਾਏ ਨਿਕਲ ਗਈ ਹੈ ਜਿਹੜਾ ਹਾਜ਼ਰ ਬੈਠਾ ਏ ਸੈਯਦਾ ਦੇ ਸੜੇ ਸਾਂ ਉੱਥੇ ਜਿੱਥੇ ਰਸ਼ ਢੇਰ ਹੋਇਆ ਮਰਹਬਾ ਮੈਂ ਨੌਕਰ ਬਾਬਾ ਸੜੇ ਸਾਂ ਉੱਥੇ ਜਿੱਥੇ ਮੇਰਾ ਆਪਣਾ ਕੋਈ ਨਾ ਰਹਿ ਗਈ ਉਹ ਸੀ ਜਜ਼ਲਮ ਪੁੱਤਰ ਨੂੰ ਚੁੰਮਿਆ ਵੇਖ ਕੇ ਪਿਆ ਦੇ ਕੋਈ ਹੋਰ ਗੱਲ ਵੀ ਕੀਤੀ ਨਹੀਂ ਹੈ ਕੋਈ ਨਾ ਅੱਛਾ ਮੈਂ ਬਿਸਮਿਲ੍ਲਾ ਕਰਾਂ ਵੇਖ ਕੇ ਪਿਆ ਦੇ ਸੜੇ ਸਾਂ ਉੱਥੇ ਜਿੱਥੇ ਮੇਰਾ ਆਪਣਾ ਕੋਈ ਨਾ ਰਹਿ ਗਈ ਉਹ ਸੀ ਅਤੇ ਸੜੇ ਸਾਂ ਉੱਥੇ ਜਿੱਥੇ ਭੀੜ ਜ਼ਿਆਦਾ ਹੋਈ ਜਜ਼ਲਮ ਹੈਰਾਨ ਹੋ ਕਿਆ ਦੇ ਕੋਈ ਹੋਰ ਗੱਲ ਵੀ ਕਰਦੇ ਹਨ ਜਾਂ ਕੋਈ ਨਾ ਬੀਵੀ ਵੇਖ ਕੇ ਪਿਆ ਦੀ ਹਾ ਜਦੋਂ ਨਾਮ ਤਜਵੀਜ਼ ਕੀਤਾ ਨੇ ਨਾ ਮੈਂ ਆਖਿਆ ਬਾਦਸ਼ਾਹ ਸਾਂ ਬਸ਼ੀਰ ਨਹੀਂ ਬੁਲਾਵਣਾ ਉਸ ਹਸਤੀ ਫਰਮਾਏ ਨਹੀਂ ਅਤੇ ਮੌਲਾ ਇਸ ਨੂੰ ਪਤਾ ਕਿਵੇਂ ਲੱਗ ਸੀ ਜੋ ਇਸ ਦਾ ਨਾਮ ਬਸ਼ੀਰ ਵੀ ਹੈ ਵੇਖ ਕੇ ਪਿਆ ਦੇ ਹਾ ਜਿੱਦਾਂ ਤੇਰਾ ਪੁੱਤਰ ਇਹ ਜਵਾਨੀ ਚੜ੍ਹ ਪਵੇ ਅਤੇ ਦਾੜੀ ਲੈ ਪਵੇ ਉਹ ਸ਼ਖਸੀਅਤ ਪਿਆ ਦੀ ਇਸ ਨੂੰ ਆਪਣੇ ਸਾਹਮਣੇ ਬੁਲਾਵੇ ਇਸ ਨੂੰ ਦੱਸੇ ਤੇਰਾ ਨਾਂ ਅਸਾਂ ਨਹੀਂ ਕਹਿ ਹੋਰ ਹਸਤੀ ਨੇ ਰੱਖੇ ਵੱਧ ਤੇਰੇ ਤੇ ਕਰਸੀ ਸਵਾਲ ਕਹਿ ਅਤੇ ਇਸ ਨੂੰ ਨਿਸ਼ਾਨੀ ਦੇ ਛੋੜੇ ਹਸਤੀ ਉਹ ਆਈ ਜਿਹੜੀ ਇੱਕ ਇੱਕ ਅੱਖ ਤੇ ਨੌ ਨੌ ਨਹੀਂ ਰਹਿਣ ਇਹ ਪੁੱਛ ਨਿਸ਼ਾਨੀ ਤੂੰ ਇਸ ਨੂੰ ਆਖ ਛੋਣੇ ਉਹ ਜਿਹੜਾ ਰੋਂਦਾ ਭੂਆ ਵੱਧ ਤੇਰੇ ਤੇ ਸਵਾਲ ਕਰੇ ਸੀ ਮੈਨੂੰ ਉਹ ਮਿਲ ਸੀ ਕਿੱਥੇ ਉਹ ਬਾਦਸ਼ਾਹ ਪਿਆ ਫਰਮਾਉਂਦਾ ਇਸ ਨੂੰ ਆਖੇ ਯਾਦ ਰੱਖੇ ਇਸ਼ਾਰਾ ਮੈਂ ਕਰਨਾ ਸਮਝਣਾ ਤੇ ਆਪੇ ਉਹ ਹਸਤੀ ਪਿਆ ਦੀ ਆਈ ਕਹਿ ਭੀੜ 'ਚ ਕਹਿ ਜਾ ਤੇ ਜਿਹੜੇ ਹਾਲ 'ਚ ਕੋਈ ਤੈਨੂੰ ਬਸ਼ੀਰ ਕਰਕੇ ਬੁਲਾਵੇ ਨਾ ਬੁੱਲੇ ਨਹੀਂ ਉਹ ਤੇਰੇ ਨਾਮ ਰੱਖਣ ਵਾਲੇ ਜਿਹੜੇ ਹਾਲ ਜਿਹੜੀ ਜਾ ਤੇ ਜਿਹੜਾ ਤੈਨੂੰ ਤੇਰੇ ਅਸਲੀ ਨਾਂ ਤੂੰ ਬੁਲਾਵੇ ਉਹ ਤੇਰੇ ਨਾਮ ਰੱਖਣ ਵਾਲੇ ਕੋਈ ਆਮ ਤਾਂ ਨਹੀਂ ਚੁਣੀ ਹੋਈ ਆਈ ਹਰ ਸ਼ੈ ਦੇ ਇੰਤਖਾਬ ਇਸ ਜਾਤ ਦੇ ਅੱਲਾ ਦਰਜਾਤ ਬੁਲੰਦ ਫਰਮਾਵੇ ਗਜ਼ਨਫਰ ਅਬਾਸ ਗੋਂਦਲ ਦੇ ਉਹ ਆਦਰਾਂ ਦਾ ਆਈ ਇਹ ਬਸ਼ੀਰ ਸ਼ਾਮੀ ਸਮਝ ਕੇ ਨਾ ਹੀ ਲਿਖਾਇਆ ਮੇਰੀ ਸੈਣ ਇਹ ਜਦੋਂ ਕੈਦਾਂ ਛੁੱਟੀਆਂ ਅਤੇ ਮੇਰੀ ਸੈਣ ਫਰਮਾਇਆ ਜੋ ਨਾਲ ਲਿਖ ਬਸ਼ੀਰ ਮਹਾਰੀ ਅਤੇ ਸੈਯਦ ਸਾਜਦੀਨ ਪੁੱਛਿਆ ਹੈ ਮਾਂ ਸ਼ਾਮ ਦੇ ਵਸਦਿਆਂ ਦੇ ਨਾਮ ਤੂੰ ਕਿਵੇਂ ਵਾਕਿਫ ਹੋ ਠੱਡਾ ਸਾਹਿਬ ਭਰ ਕੇ ਆਉਣ ਦੀ ਮਾਂ ਫਰਮਾਇਆ ਸ਼ਾਮੀ ਸਮਝ ਕੇ ਨਹੀਂ ਨਾਨਕਾ ਕਮੀ ਸਮਝ ਕੇ ਨਾ ਪੇ ਲਿਖਾਂਦੀਆਂ ਅਜ਼ਾਦਾਰੋਂ ਇਹ ਆਲੀਏ ਸੈਣ ਦੇ ਮਹੰਮਲ ਦੀ ਮਹਾਰ ਨੱਪਣੀ ਕੋਈ ਆਮ ਬਾਤ ਏ ਪੂਰੀ ਜ਼ਿੰਦਗੀ ਆਲੇ ਮਦੀਨ ਤਸ਼ਰੀਫ ਫਰਮਾਇਨ ਪੂਰੀ ਜ਼ਿੰਦਗੀ ਜਿਹੜੇ ਸਫ਼ਰ ਮੇਰੀ ਸੈਣ ਕੀਤੇ ਤ੍ਰੈ ਸਫ਼ਰ ਤਾਂ ਮੇਰੀ ਆਲੀਏ ਸੈਣ ਕੀਤੇ ਨੇ ਸਹੀਜ਼ਾਦਾ ਪਹਿਲਾ ਬਾਬੇ ਦੀ ਸ਼ਾਹੀ ਵੇਖਣ ਗਈ ਕੂਫੇ ਚਲੋ ਲਫ਼ਜ਼ ਆ ਗਏ ਤਾਂ ਛੁਪਾਵਾਂ ਨਹੀਂ ਸ਼ਾਹੀ ਵੇਖਣ ਗਈ ਆਈ ਅਤੇ ਯਤੀਮ ਹੋ ਕੇ ਵੱਲ ਆਈ ਅਤੇ ਮਹਾਰਾ ਨੱਪਣ ਵਾਲੇ ਪੂਰੇ ਰਸਤੇ ਦੋ ਇਮਾਮ ਭਿਰਾ ਹਸਨ ਅਤੇ ਹੁਸੈਨ ਜਦੋਂ ਕੂਫੇ ਦੇ ਬਾਹਰ ਗਏ ਤਾਂ ਮਹਾਰਾ ਨੱਪਣ ਵਾਲਾ ਬਾਬਾ ਅਲੀ ਇਮਾਮ ਦੂਸਰਾ ਸਫ਼ਰ ਕੀਤਾ ਵਤ ਮਦੀਨੇ ਤੋਂ ਲੈ ਕੇ ਕਰਬਲਾ ਤਾਈਂ ਮਹਾਰਾ ਨੱਪਣ ਵਾਲਾ ਇਮਾਮ ਹੁਸੈਨ ਬਾਦਸ਼ਾਹ ਆਲੀ ਹਸੈਨ ਦੇ ਮਹੰਮਲ ਦੀ ਮਹਾਰ ਤੜਕ ਕੇ ਹੈ ਕਰੋ ਤਾਂ ਮੈਂ ਲਫ਼ ਸਮਝਾ ਕੇ ਆਖਣਾ ਚਾਹੁੰਦਾ ਕਰਬਲਾ ਦੇ ਬਾਅਦ ਵਤ ਅਕਬਰ ਦੀ ਬਰਾਤ ਲੈ ਕੇ ਸ਼ਾਮ ਗਈ ਮਹੰਮਲ ਦੀ ਮਹਾਰ ਨੱਪਣ ਵਾਲੇ ਤਾਂ ਦੋ ਇਮਾਮ ਸਰਜਾ ਵੇਖ ਮੇਰੇ ਵਾਲੇ ਪਾਸੇ ਨਿਸ਼ਾਨ ਹੀ ਦਿੰਦਾ ਇੱਕ ਰਤ ਰੋਣ ਵਾਲਾ ਵੀ ਰਤ ਸਾਫ਼ ਕਰਨ ਵਾਲਾ ਸਾਰਾ ਮਹਾਰਾ ਨੱਪਣ ਵਾਲੇ
ਦੋ ਇਮਾਮ ਔਰ ਫਿਰ ਬਸ਼ੀਰ ਜਮਾਰ ਪੀਣ ਪੈਂਦੇ, ਕਿਤਨੀ ਅਜ਼ਮਤ ਦਾ ਮਾਲਿਕ ਕਰੀਮੀ ਵੇਖ ਨਾਲ ਮੁਹੰਮਦ ਦੀ ਜਜ਼ਲਮ ਦੀ ਜ਼ੌਜ ਪਿਆ ਦੀ ਇਸ ਤਨਾਮ ਉਸ ਬਾਦਸ਼ਾਹ ਨੇ ਰੱਖਿਆ। ਗੁਜ਼ਰ ਗਿਆ ਜ਼ਮਾਨਾ, ਗੁਜ਼ਰ ਗਈਆਂ ਰੁੱਤੀ, ਜਵਾਨੀ ਚੜ੍ਹੇ ਬਸ਼ੀਰ ਸਾਈਆਂ ਦਾ ਬਸ਼ੀਰ ਮਾਂ ਪਿਓ ਦਾ ਅਬਦੁੱਲਾ ਇੱਕ ਨੇ ਮਾਂ ਸਾਹਮਣੇ ਬਹਾ ਕੇ ਦੱਸਿਆ, ਮੇਰਾ ਬੇਟਾ ਤੇਰਾ ਨਾਂ ਅਸਾਂ ਨਹੀਂ ਰੱਖਿਆ, ਕਈ ਹੋਰ ਹਸਤੀ ਨੇ ਰੱਖਿਆਈ। ਹੈਰਾਨ ਹੋ ਕੇ ਪਿਆ ਦੇ ਕਿਸ ਰੱਖਿਆਈ ਮੇਰਾ ਨਾਂ, ਛੱਡਾ ਸਾਹਿਬ ਭਰ ਕੇ ਆਦੀ ਇਹ ਨਾਮ ਤੂੰ ਤਾਂ ਵਾਕਿਫ ਨਹੀਂ, ਹਾਂ ਇੱਕ ਨਿਸ਼ਾਨੀ ਜ਼ਰੂਰ ਹੈ ਮੇਰੇ ਕੋਲ। ਬਸ਼ੀਰ ਹੈਰਾਨ ਹੋ ਕੇ ਆਦੇ ਕਿਹੜੀ ਨਿਸ਼ਾਨੀ, ਵੇਖ ਕੇ ਆਦੀ ਇਹ ਨਿਸ਼ਾਨੀ, ਇੱਕ ਇੱਕ ਗੱਲ ਕਰਦਾ ਹੀ ਰੋਂਦਾ ਬੰਬਾਈ, ਇੱਕ ਇੱਕ ਅੱਖ ਹੀ ਤੇ ਨਾ ਨਾ ਨਹੀਂ ਰਹਿਣ, ਇਹ ਉਸ ਦੀ ਨਿਸ਼ਾਨੀ ਹੈ। ਵੇਖ ਕੇ ਪਿਆ ਦੇ ਮਾਂ ਮਿਲਸੀ ਕਿੱਥੇ, ਮਾਂ ਪਿਆ ਦੀ ਉਹ ਮੈਨੂੰ ਨਹੀਂ ਪਤਾ, ਬਈ ਨਿਸ਼ਾਨੀ ਇਹ ਮਿਲਸੀ ਉੱਥੇ ਜਿੱਥੇ ਰਸ਼ ਢੇਰ ਹੋਇਆ। ਜਜ਼ਲਮ ਸੁਣਿਆ, ਸਾਰੀ ਜ਼ਿੰਦਗੀ ਇਸ ਤਿਜਾਰਤ ਦੇ ਸਫ਼ਰ ਕੀਤੇ, ਬਹਾਨਾ ਤਿਜਾਰਤ ਆਈ, ਜਿਹੜੀ ਜਾ ਅਤੇ ਰਸ਼ ਵੇਖਿਆ ਨਾ, ਜਵਾਨ ਬੈਠੇ ਹੋ ਮੇਰੇ ਦਿੱਲੇ, ਜਵਾਨ ਹੈ ਕਰਨ ਮੈਂ ਸਦਰ ਆਖਾਂ, ਜਿੱਥੇ ਰਸ਼ ਵੇਖਿਆ ਤਿਜਾਰਤ ਦਾ ਸਮਾਨ ਛੋੜ ਕੇ ਰਸ਼ ਵਾਲੇ ਪਾਸੇ ਟੁਰ ਪਵੇ ਆ, ਅਤੇ ਅਸਮਾਨ ਦਰ ਵੇਖ ਕੇ ਆਖਿਆ ਅੱਲਾ ਸ਼ਾਲਾ ਰੋਣ ਵਾਲਾ ਹੀ ਥਾਂ ਲੱਭ ਪਵੇ, ਮਰਹਬਾਦ ਆਏ ਮੇਰਾ ਅੱਲਾ ਸ਼ਾਲਾ ਉਹ ਨਾਂ ਰੱਖਣ ਵਾਲਾ ਮੈਨੂੰ ਇੱਥਾਂ ਹੀ ਮਿਲਦਾ ਹੋਵੇ। ਜਦਾਂ ਅਲੀ ਅਕਬਰ ਦੀ ਉਜੜੀ ਹੋਈ ਬਰਾਤ ਰਲਾ ਕੇ ਬਾਰਾਂ ਮੁਹਰਮ ਕਰਬਲਾ ਤੋਂ ਟੁਰੇ, ਅਜ਼ਾਦਾਰੋਂ ਬਰਾਤਾਂ ਚੜ੍ਹਦੀਆਂ ਤੁਸਾਂ ਵੀ ਦਿੱਸੀਆਂ, ਕੋਈ ਅਜੀਬ ਰੰਗ ਦੀ ਅਲੀ ਅਕਬਰ ਦੀ ਬਰਾਤ ਆਈ, ਸਖ਼ਤ ਮੈਂ ਜ਼ਿੰਦਗੀ ਕਦਾਂ ਨਹੀਂ ਪੜ੍ਹਿਆ। ਅਦਬ ਨਾਲ ਸਮਝਾਵਣ ਦਾਦੀਆਂ, ਜਿਹੜੇ ਮਰਦ ਹਨ ਉਹ ਉੱਚੀਆਂ ਸਵਾਰੀਆਂ ਅਤੇ ਹਸਵਾਰ ਹਨ, ਜਿਹੜੀਆਂ ਗੋਟ ਦੀਆਂ ਮਾਵਾਂ ਅਤੇ ਭੈਣਾਂ ਹਨ ਉਹ ਮਾਮਲਿਆਂ ਦੇ ਵਿੱਚ ਹਸਵਾਰ ਹਨ। ਇਨ ਸਮਝਣਾ ਹੀ ਹੋਵੇ ਜਿਹੜੀਆਂ ਮਾਮਲੇ 'ਚ ਹਨ ਔਖੀਆਂ ਹਨ, ਜਿਹੜੇ ਨੇਜ਼ਿਆਂ 'ਤੇ ਹਨ ਸੌਖੇ ਹਨ। ਅਜ਼ਾਦਾਰਾਂ ਜਿਹੜੀਆਂ ਮਾਮਲੇ 'ਚ ਹਨ ਉਹ ਢੇਰ ਔਖੀਆਂ ਹਨ, ਨੇਜ਼ਿਆਂ ਵਾਲੇ ਸੌਖੇ ਕਿਵੇਂ, ਨੇਜ਼ਿਆਂ ਵਾਲੇ ਸੱਜੇ ਵੇਖ ਸਕਦੇ ਹਨ, ਖੱਬੇ ਹੀ ਵੇਖ ਸਕਦੇ ਹਨ, ਜਿਹੜੇ ਮਾਮਲਾ ਵਾਲੀਆਂ ਸੱਜੇ ਖੱਬੇ ਵੇਖੇ ਨਾ, ਭਿਰਾ ਨਹੀਂ ਕਹਿ ਪਾਸੇ ਅੱਬਾਸ ਦੇ ਕਾਤਿਲ, ਮਰਹਬਾ ਕਹਿ ਪਾਸੇ ਅਕਬਰ ਦੇ ਕਾਤਿਲ, ਅੱਬਾਸ ਦੇ ਸਰਦ ਵੇਖ ਕੇ ਆਦੀਆਂ ਗਾਜ਼ੀ ਅੱਖੀਂ ਬਾਲ ਭੈਣਾਂ ਰੁੱਲ ਗਈਆਂ ਨੇ, ਮਰਹਬਾ ਥੱਕੇ ਨਹੀਂ ਨਿਆਜ਼ੇ ਹੁਸੈਨ, ਗਾਜ਼ੀ ਅੱਖੀਂ ਬਾਲ ਭੈਣਾਂ ਉੱਜੜ ਕੇ ਬਾਜ਼ਾਰ ਆ ਗਈਆਂ। ਅਜ਼ਾਦਾਰਾਂ ਜਿਹੜਾ ਸੱਜਾਦ ਅਕਬਰ ਦੀ ਬਰਾਤ ਲੈ ਕੇ ਸ਼ਾਮ ਦੇ ਖੂਨੀ ਪੱਤਣ 'ਤੇ ਆਇਆ, ਤਦਾਂ ਸਾਈਆਂ ਦਾ ਬਸ਼ੀਰ ਮਾਂ ਪਿਓ ਦਾ ਅਬਦੁੱਲਾ ਸ਼ਾਮ ਕੋਈ ਨਹੀਂ ਸਫ਼ਰ ਤੇ ਗਈ ਹੋਏ ਆਈ। ਅਦੇ ਜਿਹੜਾ ਮੈਂ ਵਾਪਿਸ ਆਇਆ, ਮੈਂ ਦਿੱਥੇ ਸ਼ਾਮ ਦੇ ਬਾਹਰ ਨਾ ਹੋਵੇ ਆ, ਸ਼ਾਮ ਨਾ ਰੁੱਲੇ ਨਾ ਹੁਸੈਨ ਦੀਆਂ ਭੈਣਾਂ। ਅਦੇ ਜਿਹੜਾ ਮੈਂ ਵਾਪਿਸ ਆਇਆ ਨਾ, ਅਤੇ ਮੈਂ ਦਿੱਥੇ ਮੈਨੂੰ ਇਤਨਾ ਰਸ਼ ਨਜ਼ਰ ਆਇਆ, ਮੈਂ ਸਵਾਰੀ 'ਤੇ ਸਵਾਰ ਹੋ ਕੇ ਬਾਜ਼ਾਰ ਦਾਖਲ ਨਹੀਂ ਹੋ ਸਕਿਆ। ਅਦੇ ਮੈਂ ਸਾਰਾ ਸਵਾਰੀ ਸ਼ਾਮ ਦੇ ਬਾਹਰ ਛੋੜੀ, ਬਾਜ਼ਾਰ ਦਾਖਲ ਹੋਇਆ, ਲਫ਼ਜ਼ ਮੈਂ ਮਸਾਹਿਬ ਦਾ ਹੁਣ ਆਖਣੇ। ਅਦੇ ਜਿਹੜਾ ਮੈਂ ਸ਼ਾਮ ਦੇ ਬਾਜ਼ਾਰ 'ਚ ਆਇਆ, ਮਰ ਵੰਜਾਂ ਮੰਜ਼ਰ ਨਾ ਵੇਖਾਂ, ਸ਼ਾਮ ਦੇ ਬਾਜ਼ਾਰ ਸਜੇ ਹੋਏ ਹਨ, ਸ਼ਾਮੀ ਮੁਸਲਮਾਨ ਜਿਹੜਾ ਹਾਜ਼ਰ ਹੈ ਨਿਕਲ ਵੈਸੀ ਜ਼ਰਕ ਬਰਕ ਲਿਬਾਸ ਹੈਨ, ਇੱਕ ਬਏ ਦੇ ਗੱਲ 'ਚ ਬਾਈ ਪਾ ਕੇ ਦੇਣ, ਮੁਬਾਰਕ ਹੋਵੇ ਬਾਗੀ ਕਰਬਲਾ ਮਰੀ ਗਈ ਹੈ, ਮਰਹਬਾ ਮੁਬਾਰਕ ਹੋਵੇ ਬਾਗੀ ਦੇ ਬਿਰਾ ਮਾਰੇ ਗਏ, ਉਹ ਬਾਗੀ ਦੇ ਖੀਰ ਪੀਂਦੇ ਬਾਲ ਮਾਰੇ ਗਏ। ਅਵਦਾਰਾਂ ਜਿਹੜਾ ਮੰਜ਼ਰ ਦਿੱਠੇ, ਇੱਕ ਸ਼ਾਮੀ ਦੇ ਨੇੜੇ ਆ ਕੇ ਪਿਆ ਦੇ ਬੰਦੇ ਖੁਦਾ, ਈਦ ਹੈ ਕੋਈ ਨਾ, ਤਿਉਹਾਰ ਹੈ ਕੋਈ ਨਾ,
ਇਹ ਸ਼ਾਮੀ ਮੁਸਲਮਾਨ ਖੁਸ਼ੀਆਂ ਕਿਉਂ ਪਏ ਮਨਾਉਂਦੇ ਨੇ? ਅਜ਼ਦਾਰਾਂ 1400 ਸਾਲਾਂ ਦੇ ਬਾਅਦ ਲਫ਼ਜ਼ ਦੱਸੇ ਸੀ ਕਿੱਥੇ ਸੈਯਦ ਬੈਠੇ, ਗੱਲ ਸਾਨੂੰ ਹੀ ਅੱਖ ਆ ਗਈ ਹੈ। ਜਦੋਂ ਪੁੱਛੇ ਨਾ ਮੁਸਲਮਾਨ ਖੁਸ਼ੀ ਕਿਉਂ ਪਏ ਮਨਾਉਂਦੇ ਨੇ, ਖੁਦਾ ਇਸ 'ਤੇ ਲਾਨਤ ਕਰੇ, ਬੇਗੈਰਤ ਹੱਸ ਕੇ ਆਦੇ, ਤੈਨੂੰ ਨਹੀਂ ਪਤਾ ਸਾਡੇ ਬਾਦਸ਼ਾਹ ਇੱਕ ਬਾਗੀ ਮਰਾਏ। ਆਦੇ ਕਿੱਥੇ ਮਾਰੇ ਬਾਗੀ? ਆਦੇ ਕਰਬਲਾ। ਆਦੇ ਬਾਗੀ ਕਰਬਲਾ ਕੁੱਥੇ? ਖੁਸ਼ੀ ਸ਼ਾਮ ਕਿਉਂ ਹੈ? ਕਮੀਨਾ ਹੱਸ ਕੇ ਆਦੇ, ਤੈਨੂੰ ਨਹੀਂ ਪਤਾ ਉਸੇ ਬਾਗੀ ਦੀਆਂ ਭੈਣਾਂ ਬਾਜ਼ਾਰ ਪਈਆਂ ਨੀਆਂ। ਮਰਹਬਾ ਯਾ ਸੈਯਦਾ, ਉਸੇ ਬਾਗੀ ਦੀਆਂ ਧੀਆਂ, ਉਸੇ ਬਾਗੀ ਦੇ ਹਰਮ ਅੱਜ ਸ਼ਾਮ ਦੇ ਬਾਜ਼ਾਰ ਪਿਆ ਦੇ ਨੇ। ਅਜ਼ਦਾਰੋਂ ਜਿਹੜਾ ਪਤਾ ਲੱਗਿਆ ਸੀ ਕੋਈ ਬਾਗੀ ਪਿਆ ਦੇ ਨਾ, ਮੈਂ ਹਾਲੀ ਬਾਜ਼ਾਰ ਵਿੱਚ ਮੌਜੂਦ ਹੈ। ਇਹ ਕਮੀਨੇ ਨਕਾਰੇ 'ਤੇ ਚੋਟ ਮਾਰੀ ਹੈ, ਹੱਸ ਕੇ ਆਦੇ, ਰਸ਼ ਵਧਾਓ, ਨਮਾਜ਼ੀ ਦੀਆਂ ਭੈਣਾਂ ਆ ਗਈਆਂ, ਨਮਾਜ਼ੀ ਮੈਂ ਖੜਾ ਦਾਂ। ਅਜ਼ਦਾਰੋਂ ਆਦੇ ਮੇਰੇ ਵੇਦਿਆਂ ਰਸ਼ ਵਧੇ ਆਏ, ਮੁਸਲਮਾਨ ਛੱਤਾਂ 'ਤੇ ਸਵਾਰ ਹੁੰਦੇ ਆਏ। ਇਹੋ ਜਿਹੇ ਫੁੱਲ ਚਾਹੇ ਜਿਹਨਾਂ ਨਾਲ ਖਾਰ ਜ਼ਿਆਦੇ ਲੱਗੇ ਹੋਏ ਹਨ, ਜਿਹੜੇ ਅਦਬ ਸੁਣ ਕੇ ਆਏ ਕਰ ਸਕਦੇ ਹੋ। ਆਦੇ ਰਸ਼ ਵੱਧਦਾ ਆਇਆ, ਮੇਰੀਆਂ ਅੱਖਾਂ ਨਾ ਹੋਵੇ ਨਾ, ਮੈਂ ਮੰਜ਼ਰ ਨਾ ਵੇਖਾਂ, ਸ਼ਾਮ ਦੇ ਬਾਜ਼ਾਰ ਵਿੱਚ ਇੱਕ ਕੈਦੀਆਂ ਦਾ ਕਾਫਲਾ ਦਾਖਲ ਹੋਏ। ਆਦੇ ਜਿਹੜਾ ਮੈਂ ਡਿੱਠੇ, ਮੇਰੀ ਹਾਏ ਨਿਕਲ ਗਈ ਹੈ, ਏਡੇ ਜ਼ਾਲਿਮ ਲੋਕ ਆਏ, ਰੱਸੀ ਇੱਕ ਆਈ ਅਤੇ ਗੱਲ 'ਚ ਬੈਠਾ। ਆਦੇ ਮੈਂ ਉਹਨਾਂ ਦੀ ਮਜਬੂਰੀ ਵੇਖ ਕੇ ਉਸ ਵੇਲੇ ਰੋ ਪਈਆਂ, ਇੱਕ ਜਣਿਆ ਤਾਂ ਸਾਰੀਆਂ ਜਣ ਪਾਉਂਦੀਆਂ ਹਨ, ਇੱਕ ਉੱਠਿਆ ਸਾਰੀਆਂ ਨੂੰ ਉੱਠਣਾ ਪਾਉਂਦਾ ਹੀ। ਆਦੇ ਮੈਂ ਕੈਦੀਆਂ ਦੇ ਨਿਗਾਹ ਪਿਆ ਕਰਦਾ ਐਂ, ਜਾਂ ਮੇਰੀ ਦੀਦ ਪਈ ਹੈ, ਢੇਰ ਸਾਰੇ ਸਰ ਮੈਨੂੰ ਨੇਜ਼ਿਆਂ ਦੀਆਂ ਨੌਕਾਂ 'ਤੇ ਨਜ਼ਰ ਆਏ। ਆਦੇ ਮੇਰੀ ਦੀਦ ਪਈ ਹੈ, ਮੈਂ ਢੇਰ ਸਾਰੇ ਸਰ ਵੇਖਦਾ ਹਾਂ, ਮੇਰੀ ਦੀਦ ਪਈ ਹੈ, ਮੈਂ ਆਖੇ ਸਾਹਮਣੇ ਵਾਲਾ ਸਰ ਵੀ ਲੜਿਓ ਸੀ, ਜਿਹਦੀ ਛੋਟੀ ਔਲਾਦ ਬੰਦਾ ਹੈ ਕਰੇ ਸੀ, ਪਿਛਲਾ ਸਰ ਦਿੱਠੇ, ਇਹ ਸਰ ਵੀ ਜੰਗ ਕੀਤੀ ਹੋ ਸੀ, ਵੱਤ ਬਏ ਜਵਾਨ ਦਾ ਸਰ ਦਿੱਠੇ, ਮੈਂ ਖੇ ਜਵਾਨ ਵੀ ਸੋਹਣਾ ਲੜਿਓ ਸੀ। ਆਦੇ ਮਰ ਵੰਜਾ, ਇੱਕ ਸਰ 'ਤੇ ਮੇਰੀ ਦੀਦ ਨਾ ਪੋਵਿਆ। ਆਦੇ ਮੈਂ ਦਿੱਠੇ, ਬਹਿਆਂ ਦੀ ਗਰਦਨਾਂ 'ਚੋਂ ਖੂਨ ਆਈ, ਕੋਈ ਉਹ ਜਿਹੀ ਅਬਾਲ ਆਈ, ਜਿਹਦੇ ਮੂੰਹ 'ਚ ਮਾਂ ਦਾ ਤਾਜ਼ਾ ਖੀਰਾ। ਹੈਰਾਨ ਹੋ ਕੇ ਆਦੇ, ਅੱਲਾ ਜਾਣੇ ਮਾਂ ਤਾਂ ਮਰ ਗਈ ਉਹ ਸੀ, ਆ ਲਫ਼ਜ਼ ਨਹੀਂ ਮੁੱਕਾ, ਪਾਸੇ ਨਾਲ ਵੈਣ ਹੈ, ਗਿੱਲੇ ਨਾ ਦੇ ਅਤੇ ਕਾਤਲਾ ਨਾਲ ਸਫ਼ਰ ਵਧੀ ਕਰੇ ਦੀ। ਮਰਹਬਾ ਯਾ ਸੈਯਦਾ, ਦੇ ਗਿੱਲੇ ਨਾ ਦੇ ਕਾਤਲ ਨਾਲ ਬਾਜ਼ਾਰ ਆ ਗਈਆਂ। ਮਰਹਬਾ ਅਜ਼ਦਾਰੋਂ, ਸ਼ਰਮਾ ਕੇ ਹਾਏ ਨਾ ਕੀਤੀ ਕਰ, ਜਿਹੜਾ ਤੂੰ ਹਾਏ ਕਰਕੇ ਰੋਂਦੇ ਨਾ, ਪਰਦੇ ਦੇ ਵਿੱਚ ਸ਼ਾਮ ਦੀ ਥੱਕੀ ਹੋਈ 4 ਸਾਲਾ ਹੁਸੈਨ ਦੀ ਧੀ, ਜਦੋਂ ਕੋਈ ਅਜ਼ਦਾਰ ਹਾਏ ਕਰਕੇ ਰੋਂਦੇ, ਬੱਧੇ ਹੱਥ ਲੈ ਕੇ ਫੁੱਫੀ ਆਲੀਆ ਦੇ ਪਾਸੇ ਵੇਖ ਕੇ ਆਦੀ, ਹੈ ਫੁੱਫੀ ਆਲੀਆ, ਇਹ ਜੋ ਹਾਏ ਕਰਕੇ ਬੈਠੇ ਰਹਿੰਦੇ ਨੇ, ਇਹ ਸਾਡੇ ਬਾਬੇ ਦੇ ਰਿਸ਼ਤੇਦਾਰ ਹਨ। ਜਿਹੜਾ ਹਾਜ਼ਰ ਬੈਠੇ, ਮੇਰੀ ਸੈਣ ਫਰਮਾਉਂਦੇ, ਨਹੀਂ ਬੇਟਾ ਤੇਰੇ ਬਾਬੇ ਦੇ ਆਜ਼ਾਦਾਰ ਹਨ। ਛੱਡਾ ਸਾਹਿਬ ਭਰ ਕੇ ਆਦੀ, ਹੈ ਅੰਮਾ ਇਹ ਕਰਬਲਾ ਹੋਵੇ ਨਾ, ਮੇਰਾ ਬਾਬਾ ਭੱਜਦੇ ਘੋੜੇ ਤੂੰ ਤਾਂ ਨਾ ਲਾਵੇ ਆ, ਹੈ ਅੰਮਾ ਇਹ ਹੋਵੇ ਨਾ, ਮੇਰੇ ਅਸਗਰ ਨੂੰ ਤੀਰ ਤਾਂ ਨਾ ਲੱਗਿਆ। ਮੇਰੀ ਸੈਣ ਫਰਮਾਇਆ, ਇਹ ਰੋਂਦਿਨ ਵੇਖ ਕੇ ਆਦੀ, ਹੈ ਅੰਮਾ ਇੰਨਾ ਕੋਈ ਤੀਰ ਲੱਗਦਾ ਤਾਂ ਨਹੀਂ ਦਿੱਠਾ, ਇਹ ਤੇਰੀ ਹਾਏ ਦਾ ਤੈਨੂੰ 1000 ਰੁਪਈਆ ਦੱਸੇ ਨਾ। ਵੱਤ ਮੇਰੀ ਸੈਣ ਫਰਮਾਉਂਦੇ, ਅੱਛਾ ਜੇ ਇਹ ਇੰਝ ਤੜਪ ਕੇ ਬੈਠੇ ਰੋਂਦੇ ਨੇ, ਮੈਂ ਹੁਸੈਨ ਦੀ ਧੀ ਹੋ ਕੇ ਵਾਅਦਾ ਕਰੇਨੀ ਆ, ਜੇ ਤਾਈਂ ਇਹ ਜੰਨਤ ਨਾ ਵੈਸੇ ਨਾ ਮੈਂ ਜੰਨਤ ਨਹੀਂ ਵੰਜਣਾ, ਇੰਨਾ ਜੋ ਕੁਸਤਾ ਨਹੀਂ ਦਿੱਠਾ। ਅਜ਼ਦਾਰੋਂ ਵੇਖ ਕੇ ਪੀ ਬਸ਼ੀਰ ਆਦੇ, ਮੈਂ ਸਾਰਾ ਮੰਜ਼ਰ ਵੇਖਦਾ ਆ, ਖਤਮ ਤੇਰੀ ਜ਼ਹਿਮਤ ਪਹਿਲਾਂ ਵੈਣ ਸੁਣਾਵਾਂ। ਆਦੇ ਮੇਰੀ ਇੱਕ ਕੈਦੀ ਤੇ ਦੀਦ ਪਈ ਹੈ, ਜਿਹਦੀ ਕਮਰ ਝੁਕੀ ਹੋਈ ਆਈ। ਆਦੇ ਮੈਂ ਹੈਰਾਨ ਹੋਇਆ,
ਇਤਨੇ ਬੇਗੈਰਤ ਮੁਸਲਮਾਨ ਹਨ, ਇੱਕ ਬੁੱਢੜੇ ਨੂੰ ਕੈਦੀ 'ਚ ਬਣਾਏ ਨੇ, ਮਜਬੂਰੀ ਦੱਸੇ ਸਾਂ, ਜਿਹੜਾ ਹਾਜ਼ਰ ਉਹਦੀ ਹਾਏ ਨਿਕਲ ਵੇ ਸੀ, ਆਹਦੇ ਮੈਂ ਸਮਝੇ ਇਹ ਕੈਦੀ ਜ਼ਈਫ ਹੈ ਜਿਹਦੀ ਕਮਰ ਝੁਕੀ ਹੋਈ ਹੈ, ਆਹਦੇ ਮੈਨੂੰ ਉਸ ਵੇਲੇ ਪਤਾ ਲੱਗਾ ਮੈਂ ਡਿੱਠੇ ਜ਼ਈਫ ਨਹੀਂ, ਕੈਦੀ ਦੀ ਕੋਈ ਮਜਬੂਰੀ ਆਈ, ਆਹਦੇ ਮੈਂ ਨੇੜੇ ਵੰਜ ਕੇ ਡਿੱਠੇ ਉਹ ਇਕੱਲਾ ਨਹੀਂ, 5 ਸਾਲ ਦਾ ਪੁੱਤਰ ਨਾਲ ਕੈਦ ਆਈ, ਜਿੱਦਾਂ ਕੈਦੀ ਕਮਰ ਸਿੱਧੀ ਕਰਿਆ ਪੁੱਤਰ ਹੱਥ ਬਨ ਕੇ ਆਦਾ ਬਾਬਾ ਕਮਰ ਸਿੱਧੀ ਨਾ ਕਰ ਮੇਰਾ ਸਾਹ ਘੁੱਟੀ ਵੈਂਦੇ, ਮਰਹਬਾ ਬਾਬਾ ਕਮਰ ਸਿੱਧੀ ਕਰੇ ਨੇ ਉਹ ਮੇਰੀਆਂ ਤਲੀਆਂ ਪਤੀ ਵੈਂਦੀਆਂ, ਮਰਹਬਾ ਇੱਕ ਮੰਜ਼ਲ ਬੁਲੰਦ ਕਰੇ ਜਿਹੜੀ ਸ਼ਾਮ ਚ ਆਈਏ ਰਾਜ਼ੀ ਹੋਵੇ, ਆਹਦੇ ਮੇਰੀ ਦੀਦ ਪਈਏ ਜਿਹਦੇ ਜ਼ਿਹਨ 'ਚ ਪਹਿਲੇ ਲਿਲਾਉਜ਼ਨ ਸਹੀ ਜ਼ਿਆਦਾ ਦੁਆ ਫਰਮਾਏ, ਆਹਦੇ ਮੇਰਾ ਦਿਲ ਕਰਦਾ ਹੀ ਮੈਂ ਰਸ਼ ਹਟਾਵਾਂ, ਇਸ ਕੈਦੀ ਦੇ ਕਦਮਾਂ 'ਤੇ ਹੱਥ ਵੰਜ ਲਾਵਾਂ, ਆਹਦੇ ਮੈਂ ਬੰਦਿਆਂ ਨੂੰ ਕਿੱਥਾਂ ਹਿੰਮਤ ਨਾਲ ਕਿੱਥਾਂ ਹੀ ਮਿੰਨਤ ਨਾਲ, ਜਿਹੜਾ ਹਲਕੇ ਦਾ ਮਾਤਮੀ ਲਵ ਤੇਰੇ ਕਾਣ ਪਿਆਨਾ ਦੇ, ਜਿੱਥੇ ਰਸ਼ ਵੱਧ ਵੈਂਦਾ ਹੀ ਨਾ, ਹੱਥ ਬੰਨ ਕੇ ਦਮ ਯਾਰ ਰਾਹ ਦਿਓ ਮੈਂ ਮੁਹੰਮਦ ਦਾ ਨੌਕਰਾਂ, ਰੋਂਦੇ ਤਾਂ ਹੀ ਵਧੇ ਨੌਕਰ ਨੂੰ ਰਾਹ ਮਿਲਿਆ ਤੇ ਰਸੂਲ ਦੀਆਂ ਦਹੀਆਂ ਨੂੰ ਨਾ ਮਿਲਿਆ, ਫਿਰ ਬਾਕਰ ਸ਼ਾਹ ਜੀ ਆਦੇ ਮੈਂ ਤੁਰਦਾ ਤੁਰਦਾ ਜਦੋਂ ਉਸ ਕੈਦੀ ਦੇ ਨੇੜੇ ਆਵਾਂ, ਯੋ ਲਵ ਸਮੇਂ ਤੇ ਪਹਿਲਾਂ ਵੈਣ ਕੈਦੀ ਇਮਾਮ ਦੇ ਨੇੜੇ ਆ ਕੇ ਸਜਾਦ ਇਮਾਮ ਦੀ ਦੁਆ ਦਾ ਜਮਿਆ ਸਾਹਮਣੇ ਆਇਆ, ਹਾਲਤ ਕਿਹੜੀ, ਅਜ਼ਦਾਰੋਂ ਸੈਯਦ ਸਾਜਦੀਨ ਦੇ ਚਿਹਰੇ 'ਤੇ ਪਰੇਸ਼ਾਨ ਜ਼ੁਲਫਾਂ, ਕਮਰ ਝੁਕੀ ਹੋਈ, ਪੁੱਤਰ ਨਾਲ ਕੈਦ, ਸਾਹਮਣੇ ਆ ਕੇ ਬਸ਼ੀਰ ਪਿਆ ਦੇ ਕੈਦੀ ਮੇਰਾ ਸਲਾਮ, ਰੱਤ ਵੱਧ ਪਈ ਐਵੇਂ ਕਿਆ ਦੇ ਬਿਸਮਿਲਾ ਬਸ਼ੀਰੇ ਮਰਹਬਾ ਕਹਿ ਗਮ ਜਾਏ ਨਾਵੇ ਸੈਯਦਾ ਦੇ ਬਿਸਮਿਲਾ ਮੇਰਾ ਵੀਰ ਬਸ਼ੀਰੇ ਅਜ਼ਾਦਾਰਾਂ ਜਦਾਂ ਖਿਲਾਫੇ ਤਵੱਕੋ ਇੱਕ ਕੈਦੀ ਦੇ ਮੂੰਹ ਚ ਨਾ ਸੁਣਿਆ, ਅਜ਼ਾਦਾਰਾਂ ਗਸ਼ ਕਰਕੇ ਜਾਣ ਪਿਆ ਆਦੇ ਜਦਾਂ ਅੱਖਾਂ ਖੁੱਲੇ ਨਾ ਕੈਦੀ ਆਈ ਆਦੇ ਨਾ ਸੰਗਾਂ ਉੱਥੇ ਦਰਬਾਰ ਦੇ ਦਰਵਾਜ਼ੇ 'ਤੇ ਆਏ ਇੱਕ ਸਿਪਾਹੀ ਨੂੰ ਆਦਿਆਰੋ ਬੁੱਝੜਾ ਕੈਦੀ ਕਿਨ ਗਈ ਆਏ ਆਸ ਕਿਆ ਦੇ ਦੇਰ ਨਾਲ ਉਹਦੀਆਂ ਭੈਣਾਂ ਦੀ ਪੇਸ਼ੀ ਜਾਰੀ ਆਸ ਆਸ ਗਿਆ ਦੇ ਦੇਰ ਨਾਲ ਆਏ ਉਹਦੀਆਂ ਭੈਣਾਂ ਦੇ ਨਿਰਵਾਹ ਮਰਹਬਾ ਇੰਝ ਨਹੀਂ ਸ਼ਰਮਾ ਕੇ ਨਾ ਰੋਵੇ ਨਹੀਂ ਪਤਾ ਕਹਿੰਦੇ ਪਾਸੇ ਦੇ ਨਾਲ ਰਤ ਬੈਠਾ ਰੋਂਦਾ ਹੋਵੇ ਆ ਜਾ ਯਾਰ ਮੈਨੂੰ ਦਰਬਾਰ ਦਾਖਲ ਹੋਣ ਡਿਆ ਆ ਕਮੀਨਾ ਦੇ ਨਹੀਂ ਹਾਕਮ ਦਾ ਹੁਕਮ ਹੈ ਜੇ ਤਈ ਪੇਸ਼ੀ ਜਾਰੀ ਹੈ ਕੋਈ ਸ਼ਾਮ ਦਵਸਦਾ ਦਰਬਾਰ ਨਾ ਹੋਵੇ ਉਹ ਹਾਏ ਕਰਕੇ ਰੋਣ ਵਾਲੇ ਬਾਂਦਾ ਬਾਂਦਾ ਦਰਬਾਰ ਦੇ ਬੂਹੇ 'ਤੇ ਬਹਿ ਗਈ ਹੈ ਆ ਥੋੜ੍ਹੀ ਦੇਰ ਦੇ ਬਾਅਦ ਕੋਈ ਖਿਆਲ ਆ ਮਿੱਟੀ ਛੋੜੀਏ ਸਾ ਦਰਬਾਰ ਦਵੇ ਕਿਆ ਦੇ ਉਹ ਬਾਦਸ਼ਾਹ ਨਾ ਰੱਖ ਸਕਦੇ ਮੈਨੂੰ ਅੰਧੇਰੀ ਸਦਾ ਸਕਦੇ ਆ ਤੇਰਾ ਪੰਜਵਾਂ ਇਮਾਮ ਰਿਵਾਇਤ ਕਰੇਂਦੇ ਮੈਂ ਜਿੱਥੇ ਬਾਬੇ ਦੀ ਰਾਤ ਵਧੀ ਹੋਈ ਆਈ ਆ ਬੂਹੇ ਦਵੇ ਕਿਆ ਦੇ ਨਰਵਾ ਮਸ਼ਕ ਪਾਣੀ ਦੀ ਬਾਰਾ ਸੈਯਦਾ ਦੇ ਇਹਨਾਂ ਨੂੰ ਪਿਵਾ ਜਿਹੜੇ ਮਾਰ ਮਾਰ ਥੱਕ ਗਏ ਸੈਯਦਾ ਦੇ ਇਹਨਾਂ ਨੂੰ ਪਿਵਾ ਜਿਹੜੇ ਮੇਰੀ ਭੈਣ ਨੂੰ ਪੀਵਣ ਨਹੀਂ ਦੇਦੇ
ਮਰਹਬਾ ਇੱਕ ਮੰਜ਼ਲ ਬੁਲੰਦ ਕਰੇ ਅਜ਼ਾਦਾਰਾਂ ਨਹੀਂ ਪਤਾ ਕਹਿੰਦੀ ਆਖਰੀ ਮਕਾਨ ਹੋਵੇ ਆ ਅਜ਼ਾਦਾਰਾਂ ਕੋਈ ਜ਼ਾਤ ਦਮਸਕੀ ਨਹੀਂ ਚੌਥੇ ਇਮਾਮ ਹੁਕਮ ਦਿੱਤਾ ਮਸ਼ਕ ਪਾਣੀ ਦੇ ਬਾਹਰ ਆਏ ਆ ਆਬੂ ਏ ਤਿਆ ਕਿਆ ਦੇ ਯਾਰ ਅੰਦਰ ਮਲਕ ਮਲਕ ਦਾ ਸਫੀਰ ਆਇਆ ਹੋਇਆ ਆਦੇ ਕਹਿਣ ਤਸ ਲਗ ਸੀ ਮੈਂ ਪਾਣੀ ਵੰਜ ਪਿਲੇ ਸਾਂ ਅਜ਼ਾਦਾਰਾਂ ਬਸ਼ੀਰ ਮਸ਼ਕ ਚਾ ਕੇ ਦਰਬਾਰ ਆਏ ਆ ਆਦੇ ਮਰ ਵਜਾ ਮੇਰਾ ਪਹਿਲਾ ਕਦਮ ਦਰਬਾਰ ਨਾ ਆਵਿਆ ਆਦੇ ਮੈਂ ਸੱਜੇ ਦਿੱਠੇ ਮੈਨੂੰ ਕੈਦੀ ਨਜ਼ਰ ਨਹੀਂ ਆਇਆ ਆ ਜਿਹੜੇ ਹਲਕੇ ਤੇ ਮਾਤਮੀ ਹੋ ਮੈਂ ਖੱਬੇ ਦਿੱਠੇ ਮੈਨੂੰ ਕੈਦੀ ਨਜ਼ਰ ਨਹੀਂ ਆਇਆ ਆਦੇ ਮੇਰੀਆਂ ਅੱਖਾਂ ਨਾ ਹੋਵੇ ਨਾ ਆ ਮੈਂ ਦਿੱਠੇ ਉਹ ਕੈਦੀ ਮੂੰਹ ਦੇ ਬਾਹਰ ਜਾਣਾ ਹੋਇਆ ਉਹਦੇ ਪਾਸੇ ਦੇ ਨਾਲ ਚੌ ਸਾਲਾਂ ਦੀ ਭੈਣ ਆਏ ਆ ਜਿਹੜੀ ਆਦੀਆ ਅੱਖਾਂ ਬਾਲ ਮਾਵਾਂ ਖੜੀਆਂ ਰੋਂਦੀਆਂ ਮਰਾਬਾ ਮਰਾਬਾ ਸ਼ਰਮਾ ਕੇ ਨਹੀਂ ਹੱਥ ਦੇਂਦੇ ਹੱਥਾਂ ਤੇ ਮਾਤਮ ਵਾਲੀ ਲੱਗੀ ਰਹੇ ਆ ਸੀਨੇ ਤੇ ਮਾਰ ਛੋੜੇ ਆਦੇ ਮੈਂ ਮੰਜ਼ਰ ਦਿੱਠੇ ਕੈਦੀ ਦਾ ਡਰਨ ਲੱਗ ਪਿਆ ਆਦੇ ਕੋਈ ਇਤਨੀ ਇੱਜ਼ਤਦਾਰ ਬੱਚੀ ਆਈ ਮੈਨੂੰ ਆਂਦਾ ਦਿੱਠੇ ਬਿਰਾਦ ਨਾਲੋਂ ਹਟਦੀ ਗਈ ਆ ਆਲੇ ਆਲੇ ਆਦੀ ਹੁਣ ਖਬਾਲ ਮਹਿਮਾਨ ਮਿਲਣ ਪਿਆ ਦਾ ਮਰਹਬਾ ਯਾ ਸੈਦਾ ਮੇਰੇ ਦਿਲ ਸਾਰੇ ਮਕਾਨ ਸ਼ਾਮਿਲ ਹੋਵੇ ਨਾ ਅਜ਼ਾਦਾਰਾਂ ਤੇ ਮੈਂ ਟੁਰਦਾ ਟੁਰਦਾ ਉਸੇ ਕੈਦੀ ਦੇ ਨੇੜੇ ਆਇਆ ਇਮਾਮ ਦੇ ਨੇੜੇ ਆ ਕਿਆ ਦੇ ਹੈ ਕੈਦੀ ਮੇਰੇ ਨਾਮ ਤੋਂ ਕਿਵੇਂ ਵਾਕਿਫ ਹੈ ਸਜਾਦ ਫਰਮਾਇਆ ਵਾਕਿਫ ਨਹੀਂ ਰੱਖਣ ਵਾਲਾ ਮੈਂ ਆਪਾ ਆਦੇ ਹੈ ਕੈਦੀ ਮੈਨੂੰ ਤਾਂ ਮਾਂ ਕੋਈ ਨਿਸ਼ਾਨੀ ਦਿੱਤੀ ਆਈ ਆ ਸੈਦਾ ਦੇ ਦਸਾ ਕਿਹੜੀ ਨਿਸ਼ਾਨੀ ਆ ਆਦੇ ਮੇਰੀ ਮਾਇਆ ਕਿਆ ਏ ਜੈ ਨਾ ਰੱਖੇ ਔਰਾਂਦਾ ਬੋਏ ਸਜਾਦ ਫਰਮਾਇਆ ਦੂਰ ਨਾ ਖੜੋ ਜ਼ਰਾ ਮੇਰੇ ਨੇੜੇ ਆ ਅਜ਼ਾਦਾਰਾਂ ਬਸ਼ੀਰ ਨੇੜੇ ਆਏ ਆ ਸੈਦਾ ਦੇ ਮੇਰੇ ਵਾਲ ਹਟਾ ਅਜ਼ਾਦਾਰਾਂ ਇਮਾਮ ਦੇ ਵਾਲ ਹਟਾਏ ਰਤ ਭਰੀਆਂ ਅੱਖਾਂ ਤੇ ਦੀਦ ਪਈਏ ਆ ਆਦੇ ਹੈ ਕਹਿਦੇ ਹਰ ਕੋਈ ਪਾਣੀ ਰੋਂਦੇ ਤੂੰ ਖੂਨ ਕਿਉਂ ਰੋਂਦੇ ਆ ਇਮਾਮ ਦੀ ਰਾਤ ਵੱਧ ਪਈਏ ਆ ਰੋ ਰੋ ਕਿਆ ਦੇ ਕਿਵੇਂ ਨ ਰੋਵਾਂ ਦਿੱਠੇ ਮਾਤਰ ਦੇ ਆਇਆ ਹੁਸੈਨ ਓ ਬੇਗੈਰਤਾਂ ਵਿੱਚ ਆ ਮੇਰੀ ਅੱਖੀਆਂ ਰੰਗ ਬਦਲਾਇਆ ਦਿੱਠੇ ਨੱਚਦੇ ਕਾਤਲਾ ਮਰਾਬਾ ਮਰਾਬਾ ਕਰ ਛੋੜਾ ਇੱਕ ਭੈਣ ਇਜਾਜ਼ਤ ਦਿੰਦੇ ਹੋ ਅਜ਼ਾਦਾਰਾਂ ਜਦੋਂ ਪਤਾ ਲੱਗੇ ਮੇਰਾ ਨਾਂ ਰੱਖਣ ਵਾਲਿਆ ਆਦੇ ਮੌਲਾ ਮਨ ਗਿਆ ਮਦੀਨੇ ਵਾਲਾ ਸਜਾਦ ਤੂੰ ਆਦੇ ਅੱਲਾ ਦੇ ਨਾਂ ਤੇ ਸਾ ਨਾਲ ਪਰਦਾਦਾਰ ਕੌਣ ਨਾ ਆ ਜਿਹੜਾ ਆਲੀਆ ਦੇ ਦਰਬਾਰ ਤੇ ਆਏ ਕਰ ਸਕਦੇ ਆ ਸਜਾਦ ਦੀ ਰਾਤ ਵੱਜ ਪਈਏ ਆ ਦੇ ਪਿੱਛੇ ਨਾ ਵੇਖੇ ਦਰਬਾਰ ਚ ਆਲਿਆ ਆਇਓ ਆਈ ਆਈਏ
ਖਾਗੈਨ ਨਾ ਭਰ ਜਾ ਆਇਆ ਨਾਲੇ ਆਉਂਦੇ ਮਾਰੇ ਗਏ ਮਰਾਬਾ ਜਿਹੜਾ ਹਲਕੇ ਦਮਾਤਮੀ ਹੱਥ ਜਾਵੇ ਹਲਕੇ ਦਮਾਤਮੀ ਤਕਲੀਫ ਦੇ ਸਾਂ ਹੱਥ ਜਾਵੇ ਆ ਇਹੋ ਹੱਥ ਸਾਰ ਤੇਰਾ ਛੋੜੇ ਜਦੋਂ ਪਤਾ ਲੱਗੇ ਮਦੀਨੇ ਵਾਲਾ ਸਜਾ ਦੇ ਆ ਬਸ਼ੀਰ ਬਾਂਦਾ ਬਾਂਦਾ ਜ਼ਮੀਨ ਤੇ ਬੈਠੇ ਆ ਨਜਫ ਵਾਲੇ ਪਾਸੇ ਮੂੰਹ ਕੀਤੇ ਆ ਰੋ ਰੋ ਕੇ ਪਿਆ ਦੇ ਆ ਜਾ ਨਜਫ ਦਾ ਵਾਲੇ ਆ ਮਜਮੇ ਚ ਪਹਿਲੇ ਵਾਰੇ ਅਧੀਆਂ ਨੂੰ ਰੋਂਦਾ ਵੇਖ ਲੈ ਰੋ ਰੋ ਕੇ ਪਿਆ ਦੇ ਬਦਮਾਸ਼ ਨੱਚਦੇ ਪਏ ਨਾ ਸ਼ਾਮੀ ਵੀ ਹੱਸਦੇ ਪਏ ਨਾ ਅਧੀਆਂ ਨੂੰ ਜਣਦਾ ਵੇਖ ਲੈ ਮਾਤਮੇ ਹੁਸੈਨ